ਬਾਪੂ ਨੂੰ ਕਿਹਾ ਸੀ ਮੈਂ ਜਾਣਾ ਤੇਰੀ ਨੂੰਹ ਨੂੰ ਲੈਣ ਜਾਂਦਾ ਤੇ ਰੁਕ ਜੀ ਘਰੇ, ਲਾ ਮੌਜਾਂ ਨਾਲ ਵਗ ਗਿਆ। ਫਿਰ ਕੀ ਹੋ ਗਿਆ? ਆਪਦੇ ਦੋਸਤਾਂ ਕੋਲੇ ਗਿਆ, ਉਹਨਾਂ ਨਹੀਂ ਵੀ ਘਰੇ ਜੀ ਲੱਗਦਾ, ਕਿੱਡੀ ਕੁ ਗੱਲ ਹੈ। ਉਹ ਜੀ ਨਹੀਂ ਰਿਹਾ, ਅੱਧੇ ਘੰਟੇ ਨਾਲ ਕੀ ਜਾਨ ਨਿਕਲਦੀ ਸੀ ਉਹਦੀ। ਮਾੜੀ ਜਿਹੀ ਗੱਲ ਤਾਂ ਪਹਾੜ ਬਣਾ ਕੇ ਬਹਿ ਜਾਂਦੇ ਹੋਗੇ। ਓਏ ਅੱਜ ਕੱਲ੍ਹ ਗਰਮੀ ਹੈ, ਪੱਖੇ ਚੱਲੀ ਜਾਂਦੇ ਰਹਿੰਦੇ ਆ, ਖੜਕੇ ਦਾ ਪਤਾ ਨਹੀਂ ਲੱਗਦਾ, ਚੋਰ ਅੱਜ ਕੱਲ੍ਹ ਉਹਦੀ ਕੰਧ ਟੱਪ ਕੇ ਆ ਜਾਂਦਾ। ਨਾਲੇ ਪਿਛਲੀ ਵਾਰ ਆਪਾਂ ਦਾ ਕੂਲਰ ਚੱਕ ਕੇ ਲੈ ਗਈ ਸੀ, ਨਾਲੇ ਕੂਲਰ ਚੱਕ ਕੇ ਲੈ ਗਏ ਸੀ, ਉਹ ਤਾਂ ਤੂੰ ਆਪ ਧਰ ਕੇ ਆਇਆ ਸੀ ਚੱਕ ਕੇ ਇੱਧਰ ਡੰਗਰਾਂ ਵਾਲੇ ਚ। ਮਾਰਾ ਮੱਕਾ ਹੋਰ ਹੀ ਮਾਰੀ ਗਈ ਭੈਣ, ਹੋਰ ਹੀ ਹੋਇਆ ਦੇਗਾ, ਤੂੰ ਤਾਂ ਆਪ ਪੇਕੇ ਗਈ ਸੀ, ਤੈਨੂੰ ਕੀ ਪਤਾ ਸੀ। ਸੁੱਡਲ ਜੀ ਹੋਰ ਹੀ ਮਾਰੀ ਜਾਂਦੀ ਰਹਿੰਦੀ ਹੈ, ਮੈਨੂੰ ਤੈਨੂੰ ਪਤਾ ਬਾਪੂ ਨੇ ਦੱਸਿਆ ਸੀਗਾ ਮੈਨੂੰ। ਹਾਂ ਦੱਸਿਆ ਸੀ ਤੈਨੂੰ, ਕਹਿੰਦਾ ਚੱਕ ਕੇ ਕੂਲਰ ਡੰਗਰਾਂ ਵਿੱਚ ਦਾ ਤਾਂ, ਕਹਿੰਦਾ ਚੋਰ ਲੈ ਗਏ ਚੱਕ ਕੇ। ਉਹ ਸੱਚੀ ਚੋਰੀ ਹੋਈ ਉਹ ਅਲੱਗ ਗੱਲ ਹੈ। ਮੈਂ ਦੱਸ ਹੀ ਆਉਂਦੇ ਤੇਰੀਆਂ ਗੱਲਾਂ ਤਾਂ ਸੌਣ ਲੱਗੇ, ਕਿੰਨੇ ਦਿਨ ਹੋ ਗਏ ਤੇਰੇ ਨਾਲ ਲੜੀ ਨਹੀਂ ਸੀਗੀ। ਤੂੰ ਪੁੱਠੀ ਮਰਦੇ ਆ, ਚਲ ਲੈ ਕੇ ਪੁੱਠੀ ਮਰਦੀ ਹੈਗੀ, ਕਰ ਇਹਨੂੰ ਸਮਾ ਦੇ ਦੋ, ਪਿੰਗਾ ਲਿਆਂਦਾ ਹੋਇਆ ਇਹਦਾ ਜਵਾਬ। ਪਈ ਰਹਿੰਦੇ ਸੁੱਤੀ ਪਈ ਐ, ਪੈਂਦੀ ਨਹੀਂ ਮੰਜੇ ਤੇ, ਰੋਣ ਲੱਗ ਜੂਗੀ ਫਿਰ, ਰੋਣ ਲੱਗ ਜੂਗੀ। ਹੋਰ ਹੁਣ ਬਈ ਰੋਟੀਆਂ ਰਾਟੀਆਂ ਤੈਂ ਬਣਾਉਣੀਆਂ ਨੇ, ਹੁਣ ਉੱਠ ਕੇ ਕੰਮ ਕੁੰਮ ਕਰ ਲਾ, ਮੈਥੋਂ ਨਹੀਂ ਹੁੰਦਾ ਕੁਛ ਵੀ। ਕੰਮ ਵਾਲੀ ਲਾਈ ਹੋਈ ਆ, ਆਪੀ ਆਊਗੀ, ਰੋਟੀਆਂ ਪਾਣੀ ਵੀ ਕਰੂ, ਸਾਰਾ ਕੁਝ ਕਰੂ, ਭਾਂਡੇ ਮਾਂਜੂ, ਕੱਪੜੇ ਵੀ ਧੋ, ਪੋਚਾ ਵੀ ਲਾਊ, ਸਾਰਿਆਂ ਦਾ 5000 ਰੁਪਏ ਕੀਤਾ ਹੋਇਆ ਉਹਦਾ ਸਾਰੇ ਕੰਮ ਦਾ, ਸਾਰੇ ਕੰਮ ਦਾ 5000। ਤੇ ਹੋਰ ਬਾਲਾ ਨਹੀਂ, ਬਾਲਾ ਨਹੀਂ ਲੈ ਲੈ। ਹੋਰ ਕਿੰਨਾ ਕੁ ਕੰਮ ਹੈ? ਕਿੰਨਾ ਕੰਮ? ਕੰਮ ਥੋੜਾ ਲੈ। ਕੀ ਕਰਨਾ? ਰੋਟੀ ਬਣਾਉਣੀ ਹੈ, ਭਾਂਡੇ ਮਾਂਜਣੇ ਨੇ, ਕੱਪੜੇ ਤਾਂ ਮਸ਼ੀਨ 'ਚ ਧੋਣੇ ਨੇ, ਉਹਨੇ ਕਿਹੜਾ ਥਾਂ ਧੋਣੇ ਨੇ? ਉਹ ਮਸ਼ੀਨ ਤੇ ਟਾਈਮ ਲੱਗਦਾ ਹੁੰਦਾ। ਆਹੋ ਲੱਗਦਾ ਹੈਗਾ, 3-4 ਘੰਟੇ ਵੀ ਲੱਗਦੇ, ਸਾਰਾ ਦਿਨ ਲੱਗ ਰਿਹਾ ਕੋਈ। 3000 ਬਹੁਤ ਸੀਗਾ, ਫ੍ਰੀ 'ਚ ਨਾ ਰਹਿ ਪਏ, ਸਾਰਾ ਘਰ ਹੀ ਲੁਟਾ ਦੇ। ਚਲ ਠੀਕ ਆ, ਮੈਂ ਉਧਰ ਜਾ ਕੇ ਆਰਾਮ ਕਰਦਾ ਇਹਨੂੰ, ਕਰਾਲਾ ਆਰਾਮ। ਇਹਨੂੰ ਉਧਰ ਹੀ ਪਾਉਣੀ ਆ ਮੈਂ ਪੀ ਚੱਕ ਕੇ। ਉਹ ਇੱਧਰ ਪਾਲਾ, ਇੱਧਰ ਏਸੀ ਲੱਗਿਆ ਹੋਇਆ, ਮੰਨ ਲਿਆ ਕਰ ਗੱਲ। 24 ਘੰਟੇ ਨਾ ਗੁੱਸਾ ਤਾਂ ਨੱਕ ਤੇ ਲਈ ਬੈਠਾ ਹੈਗਾ, ਪਾਲਾ ਇੱਧਰ ਇਹਨੂੰ, ਜੁੰਡਲ ਜੀ ਇਹ ਕਿਹੜਾ ਪੈਂਦੀ ਹੈਗੀ ਕਿਤੇ। ਘੰਟਾ ਹੋ ਗਿਆ ਇਹਨੂੰ ਡੀਕੀ ਜਾਂਦੇ ਨੂੰ ਸੌਂਕ ਨੂੰ, ਵੀ ਤੂੰ ਆ ਜਾ ਦੱਸ ਇੱਥੇ, ਮੈਨੂੰ ਪੁਲਿਸ ਚੱਕ ਕੇ ਲੈ ਜਾਓ। ਇਹ ਜੇ ਅੱਗੇ ਉਹਨੇ ਮੂੰਹ ਮਾਰਿਆ ਮੇਰੇ ਸਾਲੇ ਨੇ ਡੇਕ ਜੀ ਚ। ਪਿਆਰ ਕਰਨੇ ਵਾਲੇ ਸੁਦੇਸ਼ ਕੁਮਾਰੀ ਇਹ ਬਣੀ ਹੁੰਦੀ ਹੈ। ਓਏ ਆ ਜਾ ਆ ਜਾ, ਜੋ ਡਰਤੇ ਹੈ ਵੋ ਮਰ ਜਾਤੇ ਹੈ। ਕਿਉਂ ਸੁਦੇਸ਼ ਕੁਮਾਰੀ ਨੂੰ ਫੇਲ ਕਰੇਗੀ ਤੂੰ, ਟਿਕ ਜਾ ਕਰ। ਕਿਉਂ ਸਰ ਜੀ, ਵੋ ਸੁਦੇਸ਼ ਕੁਮਾਰੀ ਅੱਛਾ ਗਾ ਲੈਤੀ ਹੈ। ਉਹ ਤੂੰ ਬਹਿ ਜਾ ਟਿਕ ਕੇ, ਤੂੰ ਮੈਥੋਂ ਕਿਤੇ ਨਾ ਹੋਰ ਨਾਲ ਲਾਪੜੇ ਖਾਲੀ। ਚੰਗਾ ਲਾਪੜੇ ਨਾ ਲਾਓ ਸਰ ਜੀ, ਮੈਂ ਤੁਹਾਨੂੰ ਐਂ ਕਹਿੰਦੀ ਸੀ ਵੀ ਤੁਸੀਂ ਆਪਦਾ ਕੰਮ ਕਰ ਦਿਓ, ਹੁਣ ਮੈਂ ਤਾਂ ਅੱਗ ਲਾਤੀ। ਲਾਤੀ ਅੱਗ? ਹੋਰ ਕੀ ਕਹਿੰਦੇ ਹੁਣ? ਉਹ ਕਹਿਣਾ ਵੀ ਸੀ ਬਸ ਅੱਗ ਬੁਝਾਈ ਜਾਂਦੇ ਆ। ਦੰਦ ਇਹ ਨਾ ਕੱਢ, ਮੈਨੂੰ ਸੀਰੀਅਸ ਹੋਈ ਗੱਲ ਦੱਸ, ਠੀਕ ਆ ਬੰਦਿਆਂ ਵਾਂਗੂ। ਹਾਂ ਮੈਂ ਐਂ ਕਹਿਣੀ ਆ ਵੀ ਮੈਂ ਦੇਖ ਅੱਗ ਲਾਈ ਜਾਂਦੀ ਆ ਉਹਨਾਂ ਦੇ ਘਰੇ, ਠੀਕ ਆ, ਬੁੜੀ ਦੇ ਵੀ ਅੱਗ ਲਾਤੀ ਤੇ ਹੋਰ ਕਿਹਦੇ ਲਾਤੀ? ਉਹ ਜਿਹੜੀ ਉਹਨਾਂ ਦੇ ਉਹ ਆਈ ਹੋਈ ਆ ਜੋੜੀ ਕਾਲੇ ਨਾਗਾਂ ਦੀ, ਭਾਵ ਦੇ ਭਾਗਾਂ ਦੀ, ਵਿਕਰ ਸਿੰਘ, ਵਿਕਰ ਤੇ ਮਨਜੀਤ, ਮਨਜੀਤ ਕੌਰ, ਠੀਕ ਆ, ਉਹਨਾਂ ਦੇ ਵੀ ਅੱਗ ਲਾਤੀ ਮੈਂ, ਹੈ ਹੁਣ ਕਿਹੜੇ ਰਹਿ ਗਏ? ਬਸ ਤੂੰ ਨਾ ਮੇਨ ਤੇਰਾ ਕੰਮ ਕੀ ਆ, ਸਰਪੰਚ ਨੂੰ ਤੇ ਜਿਹੜੀ ਉਹ ਦੇ ਘਰ ਵਾਲੀ ਆ ਪੁਲਿਸ ਜੀ ਵਾਲੀ ਕੰਮੋ, ਇੱਕ ਤਾਂ ਉਹਦੇ ਅੱਗ ਲਾਉਣੀ ਰਹਿ ਗਈ ਉਹਨਾਂ, ਮੇਨ ਤੇ ਤਾਂ ਲਾਈ ਹੋਰ ਹੀ ਪਾਸੇ ਤੁਰੀ ਫਿਰਦੀ ਆ। ਮਾਰਦਾ ਕਾ ਤੋ ਸਰ, ਮਾਰਿਆ ਕਦੋਂ? ਇਹ ਤਾਂ ਮਾਰਿਆ ਨਹੀਂ ਤੇਰੇ, ਮੈਂ ਹਜੇ ਸਭ ਫਿਰ ਮੈਂ ਉਹਦੇ ਅੱਗ ਲਾ ਦੂੰ ਅੱਜ ਸੀਖ। ਹਾਂ ਸੀਖ ਪੰਜਾਬੀ ਚ ਗੱਲ ਕਰਿਆ ਕਰਨ ਵਾਲਿਆ, ਹਿੰਦੀ ਦੀ ਮਾਂ ਭੈਣ ਇੱਕ ਕਰ ਦਿੰਦੀ ਆ, ਵਿੱਚ ਪੰਜਾਬੀ ਮਿਕਸ ਕਰ ਦਿੰਦੀ ਆ। ਮਾਂ ਭੈਣ ਕਿਆ ਹੁੰਦਾ ਹੈ? ਅੱਛਾ ਚੱਲ ਕੋਈ ਨਾ, ਦਿਮਾਗ ਖੋਲ ਦੂੰ ਤੇਰਾ, ਇੱਕ ਲਪੜਾ ਵੱਜ ਗਿਆ ਤੇਰਾ। ਮੈਂ ਚੱਲ ਚੰਗਾ ਸਰ ਜੀ, ਮੇਰੀ ਗੱਲ ਸੁਣੋ ਫਿਰ ਤੁਸੀਂ, ਤੇ ਇੱਕ ਉਹਦੀ ਰਹਿ ਗਈ ਕੁੜੀ, ਉਹ ਪਿਆਰੀ ਸੀ, ਉਸਕਾ ਨਾਮ ਹੈ ਮਨੂ। ਓਏ ਉਹ ਤਾਂ ਕੋਈ ਨਾ, ਉਹਨੂੰ ਨਾ ਤੂੰ ਕੁਛ ਕਿਹਾ ਕਰ। ਉਹ ਸਰ ਜੀ ਮੇਰੀ ਗੱਲ ਸੁਣੋ, ਉਹ ਐਮਐਲਏ ਸਾਹਿਬ ਨਾ ਆਪਦੀ ਬੇਟੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ,
ਮੂੰਹ ਨਾ ਆਇਆ ਕਰ। ਉਹ ਤੂੰ ਨਾ ਬਸ ਸਿੱਧਾ ਸਰਪੰਚ ਦਾ ਤੇ ਉਹਦਾ ਕੰਮੋਂ ਦਾ ਫਰਕ ਪਵਾ ਦੇ, ਆ ਜਵਾਕ ਜੂਕ ਜਿਹਦਾ ਆਪੀ ਸਾਈਡ ਤੇ ਹੋ ਜਾਣਗੇ, ਕਿਉਂਕਿ ਜਦੋਂ ਉਹਨਾਂ ਦੋਨਾਂ 'ਚ ਫਰਕ ਪੈ ਗਿਆ ਨਾ ਕੇਰਾਂ, ਘਰੇ ਲੜਾਈ ਰਹਿਣ ਲੱਗ ਗਈ, ਫਿਰ ਮਨੂ ਮੂਨੂ ਵਰਗਾ ਤਾਂ ਆਪੀ ਸਰਪੰਚ ਖਿਜ ਖਿਜ ਕੇ ਬੋਲੂਗਾ। ਠੀਕ ਆ, ਡਿਸ਼ ਡਿਸ਼ ਨੀ ਮੜਾ ਸਮਝ ਕੇ ਗੱਲ ਸੁਣ ਲਿਆ ਕਰ, ਉਹੀ ਸਾਰ 24 ਘੰਟੇ ਮਜ਼ਾਕ ਚ ਲਈ ਰੱਖਦੀਆਂ ਗੱਲ। ਹਾਂ ਦਿਮਾਗ ਮੇਰਾ ਖੁੱਲਾ ਹੀ ਹੈ, ਡਾਟੇ ਖੋਲਤੇ ਸੀ ਮੈਂ ਤੇ ਉਹ ਤਾਂ ਮੈਂ ਕਹਿੰਦੀ ਵੀ ਜਦੋਂ ਲੜਾਈ ਹੋਊਗੀ ਡਿਸ਼ੂ ਡਿਸ਼ੂ ਐਸੇ ਚੱਲੇਗਾ। ਚੰਗਾ ਜਾ ਵਗ ਜਾ ਤੂੰ, ਕੰਮ ਧਿਆਨ ਨਾ ਕਰੀ ਹੁਣ, ਠੀਕ ਆ? ਬਾਕੀ ਰਹਿ ਗਿਆ ਕੰਮ ਮੇਰਾ, ਮੈਂ ਆਪਦਾ ਆਪੀ ਦੇਖ ਲੂੰ ਜਿਹੜਾ ਕੁਛ ਮੈਂ ਕਰਨਾਗਾ। ਠੀਕ ਹੈ, ਬਸ ਡਰਿਆ ਨਾ ਕਰ ਸਰ ਜੀ, ਮੇਰੇ ਹੁੰਦੇ ਤਾਂ ਡਰਨ ਦੀ ਲੋੜ ਹੀ ਨਹੀਂ ਹੈਗੀ। ਸੋ ਤੂੰ ਤਾਂ ਦਲੇਰ ਮਹਿੰਦੀ ਦੀ ਕੁੜੀ ਆ, ਜਾ ਵਗ ਜਾ, ਨਾਲੇ ਧਿਆਨ ਨਾ ਆਇਆ ਕਰ, ਜਾਇਆ ਕਰ ਧਿਆਨ ਨਾਲ, ਹਾਜ਼ਰੀ ਹੁਜ਼ਰੀ ਆ ਪਿੰਡਾਂ ਨਾਲ ਖੁਰਕੀ ਜਾਇਆ ਕਰ, ਸਾਰਾ ਦਿਨ ਜਿਵੇਂ ਖੁਰਕ ਪਈ ਹੁੰਦੀ ਆ। ਮੰਨਾ ਹੁਣੀ ਸੰਗਰਾਂਦ ਵਾਲੇ ਦਿਨ ਹੁੰਦੇ ਜਿਹੜੀ ਤੁਹਾਡੇ ਸੰਗਰਾਂਦ ਨਹੀਂ ਮੰਨਦੇ, ਚੱਲ ਮੈਂ ਜਾਣੀ ਆ ਸਰ ਜੀ। ਜਾ ਵਗ ਜਾ, ਪਤਾ ਹੀ ਮਰੀ ਇਹਨੂੰ, ਪਤਾ ਨਹੀਂ ਕਿਵੇਂ ਦੱਸਤਾ ਵੀ ਸੰਗਰਾਂਦ ਵੀ ਹੁੰਦੀ ਆ ਸਾਡੇ। ਡੈਡੀ ਪੁੱਤ ਤੂੰ ਆ ਵੀ ਗਈ, ਮੁੜ ਜਾਂਦੀ ਹੈ ਡੈਡੀ ਮੈਂ। ਉਹ ਮੁੜ ਨਹੀਂ, ਮੈਂ ਤਾਂ ਕਹੀ ਜਾਂਦਾ ਕਿ ਪੁੱਤ ਮੈਂ ਆਖਾਂ, ਮੈਨੂੰ ਸੁਪਨਾ ਆ ਜਾਂਦਾ ਕਿਤੇ, ਮੈਂ ਤੇਰੀ ਗੱਲ ਨਹੀਂ ਸੋਚੀ ਜਾਂਦਾ ਬੈਠਾ। ਦੇਖ ਲਓ ਫਿਰ, ਸੁਪਨੇ 'ਚ ਵੀ ਮੈਂ ਥੋੜਾ ਖਹਿੜਾ ਨਹੀਂ ਛੱਡਦੀ ਹੈਗੀ। ਆ ਪੁੱਤ ਚੁੰਗਲੀ ਕੋਲੇ ਲੱਗਦੀ ਹੁੰਦੀ ਆ। ਉਹ ਡੈਡੀ ਚੁੰਗਲੀ ਨਹੀਂ ਹੈਗੀ, ਇਹ ਬੋਤਲ ਆ ਮੇਰੀ ਪਾਣੀ ਵਾਲੀ। ਲੈ ਆਏ ਜੀ, ਚੱਲ ਪੁਆ, ਐਂ ਲੱਗਦਾ ਜੀ ਜਵਾਕਾਂ ਦੀ ਚੁੰਗਲੀ ਹੁੰਦੀ ਆ, ਕੋਲੇ ਪਾਣੀ ਰੱਖਦੀ ਆ 24 ਘੰਟੇ। ਆਈ ਆ ਫਿਰ, ਹਾਂਜੀ ਦੀ ਖਾਂਦੀ ਆਉਂਦੀ। ਵਾਹ ਵੀ ਵਾਹ ਮੇਰੀ ਲਾਡੋ। ਹੋਹੋ, ਹੁਣ ਕਿਉਂ ਕਹ ਪੁੱਤ ਥੱਕ ਗਿਆ? ਹੋਰ ਕੀ ਡੈਡੀ, ਮੈਂ ਸਵੇਰ ਦੀ ਬੱਸ ਫੜੀ, ਮੈਂ ਤਾਂ ਮਿੰਟ ਮਾਰਿਆ ਭੱਜਣ ਉੱਥੋਂ। ਚਲ ਕੋਈ ਗੱਲ ਨਹੀਂ, ਫਿਰ ਐਤਕੀ ਆਰਾਮ ਕਰ ਲੈ, ਐਤਕੀ ਕਿਸੇ ਨੂੰ ਹੋਰ ਭੇਜ ਦਿਆਂਗੇ ਫਿਰ। ਨਾ ਨਾ ਡੈਡੀ, ਕੰਮ ਤਾਂ ਮੈਂ ਹੀ ਕਰੂੰਗੀ, ਮੇਰਾ ਨਾ ਵਧੀਆ ਹੁਣ ਮੇਰਾ ਇੰਟਰਸਟ ਬਣ ਰਿਹਾ। ਚਲ ਸ਼ੁਕਰ ਹੈ ਭਗਵਾਨ ਦਾ। ਡੈਡੀ ਜੀ ਮੈਂ ਇੱਕ ਗਲਤੀ ਮੰਨਦੀ ਹਾਂ, ਸੋਰੀ। ਉਸ ਦਿਨ ਮੈਂ ਨਾ ਜਲਦੀ ਜਲਦੀ ਚਲੀ ਗਈ, ਮੈਨੂੰ ਇੱਕਦਮ ਹੀ ਫੋਨ ਆ ਗਿਆ, ਮੈਂ ਮੰਮੀ ਨੂੰ ਵੀ ਦੱਸਣਾ ਭੁੱਲ ਗਈ, ਤੁਸੀਂ ਪਤਾ ਨਹੀਂ ਕਿੱਥੇ ਚਲੇ ਗਏ ਸੀ। ਮੈਂ ਕਿਹਾ ਜਾਨੂੰ ਡੈਡੀ ਨੂੰ ਫੋਨ ਤੁਸੀਂ ਐਟ ਅ ਟਾਈਮ ਚੱਕਣਾ ਨਹੀਂ ਹੁੰਦਾ, ਜੇ ਹੁਣ ਕਿਸੇ ਦਾ ਫੋਨ ਆ ਜਾਵੇ ਮਿੰਟ 'ਚ ਚੱਕ ਕੇ ਹੈਲੋ ਮਿੰਟ 'ਚ ਕਰਨ ਲੱਗ ਜਾਓਗੇ ਮੇਰਾ। ਹਾਂ ਹੁਣ ਤੁਸੀਂ ਗੱਲ ਟਾਲੋਗੇ, ਪਤਾ ਨਹੀਂ ਮੈਂ ਫੋਨ ਨਹੀਂ ਚੱਕਿਆ। ਨਹੀਂ ਨਹੀਂ ਕਰਦਾ, ਉਹ ਤਾਂ ਚੰਗਾ ਹੋਗਾ ਨਹੀਂ ਮਿਲ ਪਈ, ਕੋਈ ਨਾ ਕੋਈ ਕਲਾਸ ਹੀ ਲਾਉਂਦੀ। ਆ ਤਾਂ ਲਾਉਦਾ ਵੀ ਪੁੱਤਰ, ਚਾਰਜ ਆ ਪੁੱਤਰ, ਸੀਐਸਪੀ ਵਾਲਾ ਹੁੰਦਾ ਹੈ ਨਾ ਪੁੱਤਾ। ਕਿਧਰੇ ਚਾਰਜਰ ਦੀ ਗੱਲ, ਮੈਂ ਆਪਦੀ ਗੱਲ ਕਰੀ ਨਿਯਮ ਦਾ ਨਾ ਮੇਰਾ, ਤੁਸੀਂ ਤਾਂ ਲੈ ਕੇ ਦਿੱਤਾ ਸੀ ਬਿੱਲੀ ਵਾਲਾ। ਐਂ ਜੀ ਪਾਛੇ ਜੇ ਕਹਦੇ, ਮੈਂ ਦੇਖਦਾ ਹੀ ਕੀ ਇਹਦੇ 'ਚ। ਕੁਛ ਨਹੀਂ ਇਹ 'ਚ, ਇਸ ਤਾਂ ਉਹੀ ਆ ਪਰਚੀਆਂ ਪੁਰਚੀਆਂ ਪਈਆਂ ਨੇ ਉਹਨਾਂ ਦੀਆਂ। ਡੈਡੀ ਜੀ ਮਾਫ ਕਰ ਦਿਓ, ਮੈਂ ਉਦੋਂ ਨੂੰ ਦੱਸਿਆ। ਲੈ ਪੁੱਤ ਫਿਰ ਮਾਫੀ ਵਾਲੀ ਕੀ ਗੱਲ ਆ, ਮੈਨੂੰ ਪਤਾ ਸੀਗਾ ਕੰਮ ਚੀਜ਼ ਇਹੀ ਹੁੰਦੀ, ਮੈਂ ਕਿਹੜਾ ਹੁਣ ਕੰਮ ਨਹੀਂ ਕਰਦਾ, ਮੈਂ ਕਹਿ ਕੇ ਕਿਤੇ ਹੋਰ ਜਾਣਾ ਗਾ ਵੀ ਘੰਟੇ ਮੁੜਿਆ, ਘੰਟੇ ਨੂੰ ਆਏ ਤਾਂ ਹੋਰ ਫੋਨ ਆਏ, ਹੋਰ ਪਾਸੇ ਲੱਗ ਜੀ। ਸਹੀ ਗੱਲ, ਕਿਉਂਕਿ ਡੈਡੀ ਜੀ ਉਹ ਵੀ ਹੁਣ ਹਨਾ, ਮੈਂ ਇੰਡੀਪੈਂਡੈਂਟ ਬਣ ਜਾਣਾ ਵੀ, ਤਾਂ ਕਿ ਮੈਂ ਆਪਣੇ ਫੈਸਲੇ ਆਪ ਲੈ ਸਕਾਂ, ਵੀ ਮੈਂ ਤੁਹਾਡੇ ਤੇ ਕੋਈ ਟੈਨਸ਼ਨ ਹੀ ਨਾ ਪਾਵਾਂ। ਮਤਲਬ ਤੁਹਾਨੂੰ ਨਾ ਗਰਵ ਹੋਵੇ, ਤੁਹਾਨੂੰ ਮੇਰੇ ਤੇ ਮਤਲਬ ਪ੍ਰਾਊਡ ਫੀਲ ਹੋਵੇ ਵੀ ਹਾਂ ਮੇਰੀ ਕੁੜੀ ਕਿੰਨੀ ਸਿਆਣੀ ਹੋਊਗੀ ਨਾ, ਇਹ ਹਰ ਫੈਸਲੇ ਆਪ ਲੈ ਸਕਦੀ। ਮੈਂ ਪ੍ਰੋਫੀਟ ਤਾਂ ਹੁੰਦੀ ਹੁੰਦਾ ਪੁੱਤ, ਮੈਨੂੰ ਜਦੋਂ ਤੂੰ ਐਂ ਕਹਦੇ ਨੇ ਮੈਂ ਕੰਮ ਆਵਾਂ ਕਰੂੰ, ਮੈਨੂੰ ਤਾਂ ਇੰਨੇ ਨਾਲ ਹੀ ਹੋ ਜਾਂਦਾ ਹੈ। ਡੈਡੀ ਜੀ ਇੰਨੇ ਕੰਮ ਮੈਂ ਕਰ ਦਿੰਦੀ ਆ, ਘਰੇ ਤੁਸੀਂ ਫੇਰ ਵੀ ਨਹੀਂ ਟਿਕਦੇ। ਤੂੰ ਗੱਲਾਂ ਕਿਹੋ ਜਿਹੀ ਕਰਦੀ ਆ, ਸਮਕਦ ਤੈਨੂੰ ਤਾਂ ਕੰਮ ਸਮਾਇਆ ਵੀ ਜਿਹੜੇ ਪਿੰਡ ਵਾਲੇ ਕੰਮ ਆ, ਨੇੜੇ ਤੇੜੇ ਪਿੰਡ ਵਾਲੇ ਕੰਮ ਆ, ਸਾਰੇ ਮੈਂ ਕਰ ਲਿਆ ਕਰੂੰਗਾ, ਫਿਰ ਮੈਂ ਬਾਹਰ ਭੱਜ ਜਾਂਦਾ ਸੀ, ਇਹ ਕੰਮ ਰਹਿ ਜਾਂਦੇ ਸੀ। ਚਲੋ ਵਧੀਆ ਗੱਲ ਡੈਡੀ, ਹੁਣ ਮੈਂ ਕਰਨ ਤਾਂ ਲੱਗ ਗਈ। ਹਾਂ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਸੀ। ਮੈਂ ਕੀ ਗੱਲ ਕਰਨੀ ਸੀ, ਫੋਨ ਤੇ ਮੈਥੋਂ ਇੰਨੀ ਹੋਈ ਨਹੀਂ ਹੈ ਕਿ ਮੇਰੀ ਯਾਦ ਸੀ, ਹੁਣ ਭੁੱਲ ਗਈ ਦਿਮਾਗ। ਕਿਆ ਕੋਈ ਗੱਲ ਨਹੀਂ ਪੁੱਤ, ਤੂੰ ਹੋਰ ਗੱਲ, ਤੂੰ ਐਂ ਕਰ ਆਰਾਮ ਕਰ, ਚਾਹ ਪਾਣੀ ਪੀਣਾ ਉਹ ਦੱਸ ਤੂੰ ਮੈਨੂੰ, ਚਾਹ ਪਾਣੀ ਪੀ ਲਾ, ਇਹ ਤਾਂ ਬਾਅਦ ਚ ਦੇਖ ਲਾਂਗੇ ਪੁੱਤ। ਕੱਲ ਕਰੇ ਸੋ ਆਜ, ਆਜ ਕਰੇ ਸੋ ਅਭੀ ਔਰ ਇਸੀ ਵਕਤ। ਤੂੰ ਥੱਕੀ ਗਈ ਹੈ ਪੁੱਤ, ਥੱਕੀ ਥੁੱਕੀ ਕੋਈ, ਮੇਰੀ ਗੱਲ ਸੁਣੋ ਜੀ, ਮੇਰੀ ਗੱਲ ਸੁਣੋ ਨਾ, ਕੀ ਗੱਲ ਆ, ਯਾਦ ਆ ਰਹੀ ਸੀ ਕਿਸੇ ਦੀ। ਹਾਂ ਪੁੱਤ, ਜਦ ਤਾਂ ਮੈਨੂੰ ਬਾਹਲੀ ਆਉਂਦੀ ਹੈ, ਮੇਰਾ ਮੈਂ ਤਾਂ ਉਹਦੀ ਕਹਿਣ ਲੱਗ ਗਿਆ, ਮੇਰਾ ਪੁੱਤ ਮਾਨੂੰ ਕਿੱਥੇ ਗਿਆ ਗਾ, ਮੇਰਾ ਪੁੱਤ ਮਾਨੂੰ ਕਿੱਥੇ ਗਿਆ, ਜਦ ਤਾਂ ਆਉਣੀ ਆ, ਜਦ ਕਿ ਇਹਨੂੰ ਨਹੀਂ ਆਉਂਦੀ, ਆਦੀ ਧੀ ਦੀ ਸਾਰਿਆਂ ਨੂੰ ਆਉਂਦੀ ਆ, ਮਾੜੀ ਗੱਲ ਥੋੜੀ ਆ। ਧੀ ਦੀ ਤਾਂ ਆਉਂਦੀ ਹੁੰਦੀ ਆ, ਪਰ ਆਪਣੀ ਐਕਸ ਦੀ ਨਹੀਂ ਨਾ ਆਉਣੀ ਚਾਹੀਦੀ।
ਕੀ ਹੋ ਗਿਆ? ਕੁਛ ਨਹੀਂ, ਬਾਹਾਂ ਜੇ ਲੱਗੇ। ਡੈਡੀ ਜੀ ਇਗਨੋਰ ਕਿਉਂ ਕਰ ਰਹੇ ਹੋ ਮੈਨੂੰ ਇਹਨਾਂ ਤੁਸੀਂ? ਨਹੀਂ ਪੁੱਤਾ ਹੁੰਦੀ ਆ, ਮੈਂ ਸਿੱਧੀ ਸਿੱਧੀ ਤੁਹਾਨੂੰ ਗੱਲ ਪੁੱਛੀ ਸੀ, ਮੈਨੂੰ ਪਤਾ ਇੰਨੀ ਛੇਤੀ ਗੱਲ ਸੁਣਨੀ ਨਹੀਂ ਹੁੰਦੀ ਹੈਗੀ। ਤੁਸੀਂ ਐਂ ਦੱਸੋ ਕੀ ਗੱਲ, ਤੁਸੀਂ ਮੰਮੀ ਕੋਲ ਰੀਤ ਦੀ ਗੱਲ ਕਰੀ ਸੀ? ਨਾ ਪੁੱਤ, ਮੈਂ ਤਾਂ ਨਹੀਂ ਛੇੜਦਾ। ਤੁਸੀਂ ਕਿਹਾ ਸੀ ਵੀ ਹਾਂ ਮੈਨੂੰ ਯਾਦ ਆਉਂਦੀ ਪਈ ਆ ਉਹਦੀ। ਫੂਕ ਨਾ ਕੱਢੋ ਹੁਣ ਡੈਡੀ ਜੀ, ਇਹ ਤਾਂ ਸੌ ਖਾਓ ਮੇਰੇ ਸਿਰ ਦੀ, ਮੇਰੇ ਸਿਰ ਤੇ ਹੱਥ ਰੱਖ ਕੇ ਸੌ ਖਾਓ ਵੀ ਹਾਂ ਤੁਸੀਂ ਨਹੀਂ ਯਾਦ ਕਰਦੇ। ਫਿਰ ਨਪਤ ਸੌਂਹਾ ਕੇ ਕਹਿਣਾ ਗਾ ਮੈਂ ਯਾਦ ਕੀਤਾ ਸੀਗਾ, ਕੀਤਾ ਨੀ ਸੀਗਾ, ਉਹ ਗੱਲ ਐਂ ਹੋ ਰਹੀ ਸੀਗੀ, ਉਹ ਇੱਥੇ ਜਾਂਦੀ ਸੀ, ਮੈਂ ਤੂੰ ਥਾਣੇ ਵਗ ਜਾਂਦਾ ਰੀਤ, ਉਹ ਦਿਮਾਗ ਚ ਨਾ ਗੱਲ ਐਂ ਗਈ ਸੀ, ਉਹ ਜਾਣ ਪੁੱਛੀ ਕੋਈ ਕੋਈ ਦਿਮਾਗ ਚ ਨੀ ਗੱਲ, ਉਹ ਪਤਾ ਨੀ ਕਿਵੇਂ ਆ ਗਈ। ਹਾਂ ਇਹਨਾਂ ਦਾ ਨਿਕਲੀ ਨੀ ਹਲੇ ਤੱਕ ਇੱਥੋਂ, ਇੱਥੇ ਹੀ ਆ। ਨਾ 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 ਨਾ, ਇੱਥੇ ਉੱਥੇ ਉੱਥੇ ਕੁਛ ਨੀ ਜਮਾ ਹੈ। ਸਾਡਾ ਡੈਡੀ ਜਿਹੜੀ ਘਰੇ ਆਈ ਹੋਈ ਹੈ ਨਾ, ਇਹ ਵੀ ਚੱਲ ਜੂਗੀ ਫਿਰ। ਨਾ ਨਾ ਨਾ, ਉਹ ਤਾਂ ਗੱਲਾਂ ਨਾ ਕਹੇ, ਤੈਨੂੰ ਲੱਗਦਾ ਮੇਰਾ ਡੈਡੀ ਇਹੋ ਜਿਹੇ ਕਰੂਗਾ? ਉਹ ਦਿਮਾਗ ਚ ਕਦੇ ਕਦੇ ਰਹਿ ਜਾਂਦੀ ਹੈ। ਤੁਸੀਂ ਉਹਨਾਂ ਹੋਰ ਇਹੋ ਜਿਹੀ ਗੱਲ ਕਰਦੇ, ਕੋਈ ਨੀ ਬਰਦਾਸ਼ਤ ਕਰਦਾ। ਨਾ ਨਾ ਨਾ, ਉਹ ਪੜ੍ਹੀ ਲਿਖੀ ਸਿਆਣੀ, ਉਹਨੂੰ ਦੱਸਦੀ ਸੀ ਮੈਂ। ਪੜ੍ਹੀ ਲਿਖੀ ਕਿਉਂ, ਉਹਨਾਂ ਨੂੰ ਪਤਾ ਮਾਇੰਡ ਕੀਤਾ ਉਹਨਾਂ ਨੇ ਇਹ ਗੱਲ ਦਾ, ਮੈਨੂੰ ਉਹਨਾਂ ਨੇ ਦੱਸਿਆ ਮੰਮੀ ਦਾ, ਤੇ ਹੋਰ ਕੀ, ਮੇਰੇ ਨਾਲ ਉਹਨਾਂ ਨੇ ਗੱਲ ਕਰੀ ਆ, ਹੁਣ ਤੁਹਾਨੂੰ ਸੋਹ ਆ ਮੇਰੇ ਸਿਰ ਦੀ ਜੇ ਤੁਸੀਂ ਜਾ ਕੇ ਪੁੱਛਿਆ ਕੋਈ ਵੀ ਗੱਲ। ਮੈਂ ਪੁੱਤ ਮੈਂ ਡਰ ਤਾਂ ਗੱਲ ਨਹੀਂ, ਮੈਂ ਤਾਂ ਐਂ ਕਿਹਾ ਸੀਗਾ ਮੈਂ ਤੂੰ ਖਾਣੇ ਵਗ ਜਾ, ਉਹ ਕੁਦਰਤੀ ਕਿਤੇ ਮੈਂ ਕਹਿੰਦਾ ਇਹਨੂੰ ਸੀ ਕੰਮੋਂ, ਕਦੇ ਮੈਂ ਰੀਤ ਕਹਿ ਬੈਠਾ, ਕੋਈ ਮੈਂ ਜਾਣ ਪੁੱਛ ਨਹੀਂ ਕਿਹਾ। ਹਾਂ ਚਲੋ ਠੀਕ ਹੈ, ਮੈਂ ਉਹ ਬਾਹਲਾ ਕਰਦੇ ਰਹਿੰਦੇ ਰੀਤ ਰੀਤ, ਉਹ ਮੈਂ ਇਹਨੂੰ ਸਮਝਾ ਤੀ ਗੱਲ, ਮੈਂ ਹੌਲੀ ਹੌਲੀ ਜਾਊਗਾ, ਨਾ ਹੌਲੀ ਨਹੀਂ ਜਾਊਗਾ, 24 ਘੰਟੇ ਅੱਗੇ ਜਪਦਾ ਰਹਿੰਦਾ ਸੀ ਨਾ ਪੁੱਤ, ਤਾਂ ਕਰਕੇ ਆ ਹੁਣ ਨਹੀਂ ਮੈਂ ਕੋਈ ਬੁਲਾ ਰਿਹਾ। ਦੇਖ ਲੋ ਹੋਰ ਕੋਈ ਗੱਲ ਨਹੀਂ, ਤੇਰੇ ਨਾਲ ਥੋੜੀ ਆਪਣਾ ਹੋਗਾ ਕੁਝ। ਮੇਰੀ ਗੱਲ ਸੁਣੋ ਡੈਡੀ ਜੀ, ਤੁਹਾਨੂੰ ਮੈਂ ਇੱਕ ਸਵਾਲ ਪੁੱਛਦੀ ਆ। ਚਲੋ ਠੀਕ ਹੈ, ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦੀ ਆ, ਅੰਡਰਸਟੈਂਡ ਕਰਦੀ ਆ, ਠੀਕ ਹੈ? ਤੁਸੀਂ ਮੈਨੂੰ ਇੱਕ ਗੱਲ ਦੱਸੋ, ਬਾਈ ਚਾਂਸ ਰੱਬ ਨਾ ਕਰੇ ਕਦੇ ਕੱਲ ਕਦੇ ਵੀ, ਮਤਲਬ ਵੀ ਮੰਮੀ ਦੇ ਜਿਹੜੇ ਪਹਿਲੇ ਹਸਬੈਂਡ ਨੇ, ਜੇ ਉਹਨਾਂ ਦੇ ਮੂੰਹ ਚੋਂ ਉਹਨਾਂ ਦੀ ਗੱਲ ਨਿਕਲ ਜੇ, ਫਿਰ ਤੁਹਾਨੂੰ ਕਿਹੋ ਜਿਹਾ ਫੀਲ ਹੋਊਗਾ? ਤੁਸੀਂ ਅੰਡਰਸਟੈਂਡ ਕਰ ਲਓਗੇ? ਹਾਂ ਪੁੱਤ, ਮੈਂ ਤਾਂ ਕਿਸੇ ਤੋਂ ਹੋਵੇ ਨਾ ਹੋਵੇ ਮੈਂ ਤਾਂ ਕਰ ਲੂੰਗਾ। ਮੇਰੀ ਸੌਂਹ ਖਾ ਕੇ ਦੱਸਿਓ। ਹਾਂ ਪੁੱਤ, ਮੈਂ ਕਰ ਲੂੰਗਾ, ਮੈਂ ਤੈਨੂੰ ਪਤਾ ਤਾਂ ਹੈਗਾ ਮੇਰਾ ਡੈਡੀ ਆਏ, ਪਰ ਮੈਨੂੰ ਕਰਨੀ ਪਊਗੀ ਨਾ, ਵੀ ਹੌਲੀ ਜਿਹਾ ਮੈਂ ਤਾਂ ਸਮਝ ਲੈਣਾ। ਪਰ ਮੈਂ ਨਹੀਂ ਅੰਡਰਸਟੈਂਡ ਕਰਨਾ ਹੈਗਾ, ਅੱਜ ਤੋਂ ਬਾਅਦ ਜੇ ਮੈਂ ਤੁਹਾਡੇ ਮੂੰਹੋਂ ਰੀਤ ਦੀ ਗੱਲ ਸੁਣ ਲਈ ਨਾ, ਫਿਰ ਦੇਖ ਲਿਓ। ਸੱਤ ਵਚਨ ਡੈਡੀ ਮੈਂ ਸੱਚੀ ਕਹਿੰਦੀ, ਮੈਨੂੰ ਬਹੁਤ ਖਿੱਚ ਚੜ ਰਹੀ ਹੈ ਵੀ ਤੁਸੀਂ ਨਾਮ ਲਿਆ ਸੀ ਉਸ ਦਿਨ, ਮੈਂ ਪੁੱਛਣਾ ਭੁੱਲ ਗਈ ਤੁਹਾਨੂੰ। ਨਹੀਂ ਗੱਲ ਹੀ ਨਹੀਂ ਆਉਂਦਾ ਪੁੱਤ, ਮੈਂ ਕੁਦਰਤੀ ਆਈ ਜਾਂਦਾ, ਮੈਂ ਕਿਹੜਾ ਜਾਣ ਬੁੱਝ ਕੇ ਰਹਿਤਾ, ਕੋਈ ਜਾਣ ਮੈਂ ਮੈਨੂੰ ਆਏ ਉਹਦੇ ਮਨ ਸੱਟ ਲੈ, ਮੈਨੂੰ ਕਿਹੜਾ ਪਤਾ ਨਹੀਂ ਉਹਦੇ ਮਨ ਨੂੰ ਸੱਟ ਲੱਗਦੀ ਹੈ। ਬਸ ਤੁਹਾਨੂੰ ਮੈਂ ਸੌਂਹ ਪਾਈ ਆ, ਹੁਣ ਦੇਖ ਲਓ ਆਪਣੀ। ਨਹੀਂ ਨਹੀਂ ਪੁੱਤ, ਜੇ ਤੂੰ ਮੈਨੂੰ ਸੌਂਹ ਪਾਈ ਆ ਨਾ, ਤਾਂ ਕੀ ਕਹਿਣਾ ਕੁਦਰਤੀ, ਪਰ ਨਹੀਂ ਲੈਂਦਾ ਨਹੀਂ ਹੈ ਦਿਮਾਗ 'ਚ ਮੇਰੀ ਕੋਈ ਗੱਲ ਨਹੀਂ ਚੱਲ ਰਹੀ, ਨਾ ਹੀ ਮੈਂ ਕਦੇ ਦਿਮਾਗ 'ਚ ਰੱਖੀ ਤੇਰੀ ਸੌਂਹ ਖਾ ਕੇ ਕਹਿਣਾ ਗਾ। ਕੁਦਰਤੀ ਪਤਾ ਨਹੀਂ ਕਿਵੇਂ ਆਇਆ ਕਿਵੇਂ ਨਹੀਂ ਆਇਆ, ਤੇਰੀ ਸੌਂਹ ਲੱਗੇ ਮਾਂ, ਝੂਠ ਤਾਂ ਨਹੀਂ ਖਾਂਦਾ ਤੇਰੀ ਸੌਂਹ, ਸਭ ਦੀ ਖਾਦੀ ਪਾ ਤੇਰੀ, ਤੈਨੂੰ ਪਤਾ ਹੈਗਾ ਪੁੱਤ ਦਿਮਾਗ 'ਚ ਨਹੀਂ ਗੱਲ, ਉਹ ਕੁਦਰਤੀ ਪਤਾ ਨਾ ਕਿਸੇ ਦਿਮਾਗ ਦੀ ਗੱਲ ਚੱਲੀ ਕੀ ਨਹੀਂ ਚੱਲੀ, ਵੀ ਐਂ ਕਦੇ ਤਾਂ ਹੋ ਜਾਂਦਾ ਪੁੱਤ, ਮੈਂ ਜਾਣ ਬੁੱਝ ਕੇ ਨਹੀਂ ਕਰਦਾ ਕੋਈ, ਐਂ ਤਾਂ ਹੁਣ ਤੇਰੀ ਮਾਂ ਵੀ ਕਹਿ ਦਿੰਦੀ ਕਿਤੇ ਕਰਨਾ ਕਰਨਾ ਚੱਲਾ, ਹੁਣ ਉਹ ਐਂ ਕਰਦੀ ਹੈ ਫਿਰ ਉਹ, ਚੱਲ ਤੇਰੇ ਮਗਰ ਜਿਹਾ ਲੱਗੀ ਕੋਈ ਬੰਦਾ, ਉਹ ਆਪਣੇ ਨਾਲ ਟਾਈਮ ਬਾਹਲਾ ਰਹਿ ਗਈ ਬਚਪਨ, ਉਹ ਬੰਦਾ ਆ ਜਾਂਦਾ ਬਹੁਤ ਟਾਈਮ ਹੋ ਗਿਆ ਇਹ ਚੀਜ਼ ਨੂੰ, ਕਿੱਥੇ ਆਇਆ ਇਹ ਚੀਜ਼ ਨਾ, ਮੈਨੂੰ ਮਤਲਬ ਮੈਨੂੰ ਯਾਦ ਕਰਨੀ ਚਾਹੀਦੀ ਹੈ, ਤੁਹਾਨੂੰ ਮੈਨੂੰ ਸਮਝਾਉਣਾ ਚਾਹੀਦਾ ਵੀ ਪੁੱਤ ਉਹ ਪਾਸਟ ਸੀ ਤੇਰਾ ਨਿਕਲ ਚੁੱਕਿਆ, ਉਹਨਾਂ ਨੇ ਆਪਣੇ ਨਾਲ ਸਹੀ ਨਹੀਂ ਕਰਿਆ, ਤੂੰ ਆਪਣੇ ਮਾਇੰਡ 'ਚ ਉਹ ਚੀਜ਼ ਨੂੰ ਗਾਇਬ ਕਰ ਦੇ, ਬਿਲਕੁਲ ਰੇਜ਼ ਕਰ ਦੇ, ਇੱਥੇ ਮੈਂ ਉਲਟਾ ਤੁਹਾਨੂੰ ਸਮਝਾਈ ਜਾਂਦੀ ਹਾਂ। ਚੱਲ ਪੁੱਤ ਕੋਈ ਗੱਲ ਨਹੀਂ ਫਿਰ, ਚੱਲ ਤੂੰ ਚੱਲ ਜਿੱਥੇ ਮੈਂ ਤੈਨੂੰ ਸਮਝਾਉਣਾ ਸੀ ਤੂੰ ਸਮਝਾ, ਤਾਂ ਚੱਲ ਕੋਈ ਗੱਲ, ਮੈਂ ਵੀ ਫਿਰ ਤੈਨੂੰ ਕਹੀ ਜਾਂਦਾ ਨਾ, ਆਈ ਐਮ ਸੋਰੀ, ਫਿਰ ਤੁਹਾਨੂੰ ਮੈਂ ਚੀਜ਼ਾਂ ਨਹੀਂ ਧਿਆਨ ਰੱਖੂੰਗਾ, ਫਿਰ ਤਾਂ ਮੈਨੂੰ ਕਹਿ, ਜੇ ਮੈਂ ਤੈਨੂੰ ਐਂ ਕਹਾਂ ਭਾਈ ਆਜੂ, ਮੈਂ ਤੈਨੂੰ ਕਹਿੰਦਾ ਨਹੀਂ ਆਉਂਦੀ ਤਾਂ ਨਹੀਂ ਆਉਂਦੀ, ਬਸ ਗੱਲ ਖਤਮ ਕਰੇ ਨੂੰ, ਅੱਜ ਤੋਂ ਬਾਅਦ ਉਹਦਾ ਨਾਮ ਮੇਰੇ ਮੂੰਹ 'ਤੇ ਨਹੀਂ ਆਊਗਾ। ਚਲੋ ਠੀਕ ਹੈ, ਚਲੋ ਤੁਸੀਂ ਐਂ ਦੱਸੋ ਹੋਰ ਠੀਕ ਹੋ, ਘਰੇ ਸਾਰੇ ਠੀਕ ਨੇ? ਹਾਂ ਠੀਕ ਆ, ਠੀਕ ਤਾਂ ਹੈਗੇ ਹੈਗੇ, ਪਤਾ ਨਹੀਂ ਯਾਰ ਹੁਣ ਤੇਰੀ ਦਾਦੀ ਦੁਬਾਰੇ ਦੁਬਾਰੇ ਕੀ ਹੋ ਗਿਆ ਦਾਦੀ ਨੂੰ, ਠੀਕ ਪਤਾ ਨਹੀਂ, ਮਾੜੇ ਮਾੜੇ ਗੱਲਾਂ, ਮੈਂ ਨਾ ਸਾਰਾ ਕੁਝ ਚੱਲ ਜਾਂਦਾ ਗਾ, ਪਰ ਮੈਂ ਜਦੋਂ ਮੈਥੋਂ ਨਾ ਦਿਮਾਗ 'ਚ ਡਿਸਪਰੇਸ਼ਨ ਜਾ ਜਾਂਦਾ ਗਾ, ਇਹ ਨਹੀਂ ਮੈਥੋਂ ਚੱਲੀਦਾ, ਲਾਈਕ ਡਿਪਰੈਸ਼ਨ,
ਆਹੋ ਉਹੀ ਬਸ ਉਹੀ ਮੈਂ ਸਮਝਦਾ ਉਹੀ ਕਹਿਣਾ ਚਾਹੁੰਦਾ ਵੀ ਘਰ ਦਾ ਕਲੇਸ਼ ਲਾ ਲਾ ਪੰਜਾਬੀ ਚ ਕਹਿ ਦਿੰਦਾ ਮੈਥੋਂ ਨੀ ਚੱਲੀ ਗਾ ਡੈਡੀ ਜੀ ਆਪਣੇ ਘਰ ਦਾ ਕਦੇ ਕੋਈ ਕਲੇਸ਼ ਪਿਆ ਹੀ ਨਹੀਂ ਆ ਪਤਾ ਨਹੀਂ ਕੀ ਆ ਨਵਾਂ ਨਵੇਂ ਤੋਂ ਨਵਾਂ ਪੰਗਾ ਖੜਾ ਹੁੰਦਾ ਵਧੀਆ ਤੇ ਜਦ ਦੀ ਟਿਕਟ ਟਕਾਈ ਸੀ ਬਹੁਤ ਵਧੀਆ ਸ਼ਾਂਤੀ ਚੱਲੀ ਜਾਂਦੀ ਸੀ ਆ ਦੁਬਾਰੇ ਹੋ ਗਏ ਨਾ ਉਦੋਂ ਮੇਰਾ ਦਿਮਾਗ ਘੁੱਕ ਜਾਂਦਾ ਹੁਣ ਮੇਰਾ ਦਿਮਾਗ ਘੁੱਕ ਪਿਆ ਜੀ ਮੈਂ ਧਰਤੀ ਨੀ ਘੁੱਕਦੀ ਆਏ ਇਹ ਬ੍ਰਹਿਮੰਡਲ ਹੁੰਦਾ ਆਏ ਆਕਾਰ ਹੁੰਦਾ ਆਕਾਰ ਆਏ ਆਕਾਰ ਜਿਹਨੂੰ ਕਹਿੰਦੇ ਆ ਅਵਸਥਾ ਜਦੋਂ ਬ੍ਰਹਿਮੰਡਲ ਦੀ ਅਵਸਥਾ ਘੁੱਕਦੀ ਆ ਵਾਯੂਮੰਡਲ ਹੁੰਦਾ ਜਿਹੜਾ ਵਾਯੂਮੰਡਲ ਨੂੰ ਦੂਜੇ ਥਾਂ ਤੇ ਜਾਂਦੀ ਆ ਉਦੋਂ ਆਕਾਰ ਬਦਲ ਜਾਂਦਾ ਐਂ ਆਕਾਰ ਬਦਲ ਜਾਂਦਾ ਹੁਣ ਮੇਰੇ ਤਾਂ ਆਕਾਰ ਬਦਲਿਆ ਪਿਆ ਹੈਗਾ ਹੇ ਪਰਮਾਤਮਾ ਹੇ ਵਾਹਿਗੁਰੂ ਵੀ ਕੀ ਹੋਈ ਜਾਂਦਾ ਮੇਰੇ ਘਰੇ ਜਿਹਦੇ ਕਰਕੇ ਕੋਈ ਰੀਜ਼ਨ ਹੋਊਗਾ ਜਿਹਦੇ ਕਰਕੇ ਲੜਾਈ ਹੋਈ ਆ ਹੁਣ ਜਿਹੜਾ ਰੀਤ ਦਾ ਮਾਂ ਤੇ ਪਿਓ ਆਏ ਵੀ ਇੱਥੇ ਤੂੰ ਕਹੀਂ ਉਹਦਾ ਨਾਂ ਲਈ ਜਾਂਦਾ ਉਹ ਹੁਣ ਮਾਣ ਚੱਕ ਲਏ ਅੱਗੇ ਇੱਥੇ ਬਿਰਧਾ ਸੁਣ ਆਈ ਬੈਠਾ ਇੱਥੇ ਉਹ ਆ ਗਈ ਫਿਰ ਮਾਮੀ ਆਈ ਇੱਥੇ ਪਤਾ ਨਾ ਲੱਗ ਗਈ ਆਪਣੇ ਮਾਮੀ ਨੂੰ ਇੱਥੇ ਵਾਹੀ ਬੈਠੇ ਕੱਲ੍ਹ ਨੂੰ ਗੱਲਬਾਤ ਹੋ ਗਈ ਫਲਾਣ ਨਾ ਹੋ ਗਈ ਪਿਛਲੀਆਂ ਗੱਲਾਂ ਦਾ ਚੱਕ ਲਿਆ ਉਹ ਜਦੋਂ ਆਏ ਹੋ ਜਾਂ ਹਾਂ ਦੇਖ ਲੈਣ ਨਾਲ ਕਿਉਂ ਨਾ ਪਤਾ ਨਹੀਂ ਕੀ ਹੋ ਗਿਆ ਦਿਮਾਗ ਨੂੰ ਚਲੋ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੇਰੇ ਦਿਮਾਗ ਤੇ ਮੈਂ ਬੋਝ ਬਣਦਾ ਵੀ ਮੇਰੇ ਘਰੇ ਕੀ ਹੋ ਜਾਂਦਾ ਮੇਰੇ ਹੁੰਦੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੈਂ ਦਾਦੀ ਨਾਲ ਗੱਲ ਕਰਦੀ ਆ ਕੋਈ ਗੱਲ ਨਹੀਂ ਤੂੰ ਸਮਝਾਈ ਪੁੱਤ ਨੂੰ ਸਮਝਾ ਕੋਈ ਗੱਲ ਨਹੀਂ ਮੈਂ ਸਮਝਾਉਂਦੀ ਹਾਂ ਹੋਰ ਮੈਂ ਮੇਰਾ ਸਿਰ ਪੜ ਜੂ ਕਿਤੇ ਮੈਨੂੰ ਤਾਂ ਹੀ ਹੋ ਜਾਂਦਾ ਜੇ ਹੋਈ ਕੀ ਜਾਂਦਾ ਮੇਰੇ ਘਰੇ ਮੈਂ ਸਾਰੇ ਦੁੱਖ ਝੱਲ ਜੂ ਪਰ ਆ ਘਰ ਦਾ ਦੁੱਖ ਕਲੇ ਨਹੀਂ ਮੇਥੇ ਝੱਲੀ ਦਾ ਮਸਾ ਮਾੜੀ ਸ਼ਾਂਤੀ ਮਿਲੀ ਸੀਗੀ ਅਬ ਹਾਏ ਓ ਰੱਬਾ ਦਾਤੀ ਜੀ ਹਾਂ ਪੁੱਤ ਦਾਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਤੂੰ ਕਿੱਧਰ ਵਗ ਜਾਂਦਾ ਉਹ ਦਾਦੀ ਜੀ ਮੈਂ ਨਾ ਡੈਡੀ ਦਾ ਕੰਮ ਸੰਭਾਲਿਆ ਹੋਇਆ ਤੇ ਮੈਨੂੰ ਉਹਦੇ ਕਰਕੇ ਬਾਹਰ ਅੰਦਰ ਜਾਣਾ ਪੈਂਦਾ ਤੁਸੀਂ ਲੋਟ ਲੋਟ ਬੈਠ ਜਾਓ ਨਾ ਤੂੰ ਕਿਉਂ ਹੁਣ ਆਪਦੇ ਤੇ ਬੋਝ ਪਾਈ ਜਾਂਦੇ ਕੰਮ ਸੰਭਾਲੇ ਕੰਮ ਤੂੰ ਮੌਜ ਨਾ ਐਂ ਚਲਾ ਮੇਰੇ ਕੋਲ ਬੈਠਿਆ ਕਰ ਦਾਦੀ ਜੀ ਕਿੰਨਾ ਕੁ ਟਾਈਮ ਮੈਸ਼ ਕਰੂੰਗੀ ਘਰ ਰਹਿ ਕੇ ਮੈਂ ਵੀ ਬੋਰ ਹੁੰਦੀ ਮੈਂ ਵੈਸੇ ਵੀ ਤੁਹਾਨੂੰ ਪਤਾ ਤਾਂ ਹੈਗਾ ਮੈਂ ਜੌਬ ਲਈ ਅਪਲਾਈ ਕਰਿਆ ਹੋਇਆ ਸੀ ਚਲੋ ਵਧੀਆ ਬਲਕਿ ਮੈਨੂੰ ਘਰ ਦੀ ਘਰੇ ਮਤਲਬ ਨਾਲੇ ਮੈਨੂੰ ਘਰ ਦੀ ਜ਼ਿੰਮੇਵਾਰੀ ਮਿਲ ਗਈ ਥੋੜੀ ਬਹੁਤ ਚੱਕਣੀ ਨਾਲ ਮੈਂ ਨਾਲੇ ਮੇਰੇ ਡੈਡੀ ਨੂੰ ਵਿਚਾਰੇ ਨੂੰ ਮਾੜਾ ਮੋਟਾ ਆਰਾਮ ਮਿਲ ਜੂਗਾ ਮੇਰਾ ਵੀ ਪਤਾ ਲੈ ਲਿਆ ਕਰ ਵੀ ਉਹ ਵੀ ਮਰਦੀ ਹੈ ਦਾਦੀ ਵੀ ਕਿਤੇ ਦਾਦੀ ਹੁਣ ਮੈਂ ਇੱਕ ਦਿਨ ਤਾਂ ਗਈ ਹਾਂ ਹੁਣ ਦੇਖੋ ਮੈਂ ਥੋੜੇ ਕੁ ਦਿਨਾਂ ਨੂੰ ਮੈਂ ਕੱਲ ਨੂੰ ਫੇਰ ਚੱਲ ਜਾਣਾ ਵਾ ਕੱਲ ਨੂੰ ਫੇਰ ਆ ਜਾਈਂ ਹੋਰ ਕੀ ਹੁਣ ਤਾਂ ਮੈਂ ਆਉਂਗੀ ਵੀ ਲੇਟ ਹੁਣ ਤਾਂ ਜਲਦੀ ਆਉਂਦੀ ਵੀ ਨਹੀਂ ਤੇ ਉਹ ਕਿੱਥੇ ਤੇਰੀ ਮਾਂ ਉਹ ਤਾਂ ਮੈਨੂੰ ਮਿਲੇ ਨਹੀਂ ਹੈਗੇ ਦਾਦੀ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਮੈਨੂੰ ਨਾ ਥੋੜੀ ਸ਼ਿਕਾਇਤ ਆ ਰਹੀ ਆ ਮੇਰੀ ਹਾਂ ਕਿਵੇਂ ਡੈਡੀ ਨੇ ਦੱਸਿਆ ਮੈਨੂੰ ਵੀ ਲੜਦੀ ਆ ਹਾਂ ਤੁਸੀਂ ਕਿਉਂ ਦਾਦੀ ਜੀ ਤੁਸੀਂ ਕਿਹੜੀ ਗੱਲ ਪਿੱਛੇ ਲੜਦੇ ਹੋ ਆ ਤੁਸੀਂ ਅੱਗੇ ਤਾਂ ਇਦਾਂ ਕਰਿਆ ਨਹੀਂ ਕਦੇ ਮੈਂ ਇਦਾਂ ਕਰਿਆ ਨਹੀਂ ਨਾ ਉਹਨੇ ਵੀ ਨਹੀਂ ਇਦਾਂ ਕਰਿਆ ਤੇਰੇ ਡੈਡੀ ਨੇ ਉਹਨੂੰ ਆਇਆ ਪੁੱਛੀ ਵੀ ਐਂ ਦੱਸੋ ਡੈਡੀ ਵੀ ਲੜਦੀ ਕਿਉਂ ਉਹਦੇ ਦਿਮਾਗ 'ਚ ਕੋਈ ਫਰਕ ਫੁਰਕ ਪਾਇਆ ਗਾ ਦਾਦੀ ਦੇ ਤੂੰ ਉਸੇ ਨੂੰ ਪੁੱਛ ਰਹਾ ਨਾ ਦਾਦੀ ਜੀ ਮੈਂ ਕਿਹਨੂੰ ਪੁੱਛਾਂ ਡੈਡੀ ਕਹਿੰਦੇ ਆ ਵੀ ਆਪਣੀ ਦਾਦੀ ਨੂੰ ਪੁੱਛ ਦਾਦੀ ਨੂੰ ਸਮਝਾ ਤੁਸੀਂ ਕਹਿੰਦੇ ਵੀ ਤੂੰ ਡੈਡੀ ਨੂੰ ਪੁੱਛ ਡੈਡੀ ਨੂੰ ਸਮਝਾ ਹੁਣ ਮੈਂ ਤਾਂ ਦੋਨਾਂ ਪਾਸੇ ਦੀ ਬਰਾਬਰ ਦੀ ਸੁਣਨੀ ਆ ਮੇਰੀ ਗੱਲ ਸੁਣ ਆਪਣਾ ਘਰ ਹੈ ਕਿ ਇਹ ਆਸ਼ਰਮ ਤਾਂ ਨਹੀਂ ਨਹੀਂ ਘਰ ਹੀ ਆ ਘਰ ਹੈ ਨਾ ਹਾਂ ਜਿਹਨੂੰ ਜੀ ਕਰਦਾ ਘਰੇ ਵਗ ਚੱਲੋ ਉੱਥੇ ਐਂ ਕਰਾ ਦੇਂਗੇ ਪਹਿਲਾਂ ਤਾਂ ਉਹ ਮਾਮੀ ਸੀਗੀ ਜਿਹੜੀ ਆਮਣ ਉਹਦੇ ਬੱਚਾ ਆਉਣਾ ਸੀ ਅੱਗੇ ਸਾਡੇ ਘਰੇ ਆ ਜਾਓ ਤੇ ਉਹਦਾ ਬੱਚਾ ਹੋ ਗਿਆ 20-22 ਦਿਨਾਂ ਦਾ ਹੈ ਉਹ ਮਸਾਂ ਤੋਰੇ ਨੇ ਇੱਥੋਂ ਉਹ ਵੀ ਮੈਨੂੰ ਬੋਲਣਾ ਪਿਆ ਕੰਮੋਂ ਵੀ ਗੁੱਸਾ ਮੰਨਦੀ ਸੀ ਵੀ ਤੂੰ ਆਏ ਨਾ ਬੋਲਿਆ ਕਰ ਤੇ ਫਿਰ ਉਹਦੇ ਮਾਂ ਪਿਓ ਰੀਤ ਦੇ ਉਹਨਾਂ ਨੂੰ ਉਰੇ ਬਿਠਾਈ ਬੈਠਾ ਲੈ ਦੱਸੋ ਕੀ ਗੱਲ ਹੋਈ ਬਈ ਮੈਨੂੰ ਤਾਂ ਕਿਤੇ ਪੈਣ ਨੂੰ ਥਾਂ ਨਹੀਂ ਹੈਗਾ ਫਿਰ ਮੈਂ ਬੋਲਣਾ ਤਾਂ ਕੀ ਕਰਾਂ ਤੂੰ ਵੀ ਮੈਨੂੰ ਕਹਿਣ ਲੱਗ ਗਈ ਦਾਦੀ ਜੀ ਮੇਰੀ ਗੱਲ ਸੁਣੋ ਤੁਹਾਡੀ ਤਾਂ ਇਦਾਂ ਦੀ ਸੋਚ ਹੈ ਨਹੀਂ ਸੀ ਜਿੱਥੇ ਤੱਕ ਮੈਂ ਆਪਣੀ ਦਾਦੀ ਨੂੰ ਜਾਣਦੀ ਆ ਮੇਰੀ ਦਾਦੀ ਤਾਂ ਹਰ ਕਿਸੇ ਨੂੰ ਸਹਾਰਾ ਦੇਣ ਵਾਲੀ ਸੀ
ਤੇ ਤੂੰ ਤੁਸੀਂ ਅੱਜ ਇਦਾਂ ਦਾ ਸੋ ਕਿਉਂ ਬਿਹੇਵ ਕਰ ਰਹੇ ਹੋ? ਤੁਹਾਨੂੰ ਹੋ ਕੀ ਗਿਆ? ਤੁਸੀਂ ਤਾਂ ਬਲਕਿ ਉਹਨਾਂ ਨੂੰ ਖੁਦ ਇੱਥੇ ਰੱਖਿਆ ਸੀ ਵੀ ਕੋਈ ਗੱਲ ਨੀ, ਆਪਣੇ ਕਿਹੜਾ ਇੱਕ ਅੱਧਾ ਕਮਰਾ, ਇੰਨੇ ਕਮਰੇ ਕਮਰੇ ਹੋਏ ਪਏ ਨੇ, ਚਾਹੇ ਜਿੰਨੇ ਮਰਜ਼ੀ ਲੋਕ ਰਹਿਣ ਫਿਰ ਵੀ 3-4 ਕਮਰੇ ਫਾਲਤੂ ਹੋਣਗੇ। ਉਹ ਕਹਿ ਰਹੇ ਨੇ ਲੋਕਾਂ ਦਾ ਠੇਕਾ ਲਿਆ ਹੋਇਆ ਆਪਾਂ, ਰੀਤ ਨੀ ਹੈਗੀ ਹੁਣ ਜਦੋਂ ਉਹਦੇ ਮਾਂ ਪਿਓ ਤਾਂ ਆਪਾਂ ਕੀ ਕਰਨਾ, ਗੰਢੇ ਲੈਣੇ ਆ, ਇੱਥੇ ਪੜ੍ਹਾਈ ਬੈਠਾ ਉਹਨਾਂ ਨੂੰ ਜੋੜੀ ਨੂੰ, ਖਾਂਦੇ ਆ ਵਧੀਆ ਪਰੌਂਠੇ ਦਹੀਆਂ ਨਾਲ। ਦਾਦੀ ਜੀ ਫੇਰ ਕੀ ਹੋ ਗਿਆ, ਤੁਹਾਨੂੰ ਕਿਹੜੀ ਚੀਜ਼ ਤੋਂ ਦਿੱਕਤ ਆ ਰਹੀ ਆ? ਹੁਣ ਤੁਸੀਂ ਕਿਹੜਾ ਦੇਖੋ ਰੋਟੀ ਪਾਣੀ ਕਰਨਾ, ਉਹ ਮੰਮੀ ਵਿਚਾਰੀ ਹੈਗੀ ਆ ਨਾਲੇ ਇੰਨੀ ਚੰਗੀ ਆ, ਸਾਰਾ ਦਿਨ ਕੰਮ ਕਰਦੀ ਰਹਿੰਦੀ ਆ, ਤੁਹਾਨੂੰ ਤਾਂ ਕੋਈ ਕੁਛ ਨੀ ਕਹਿ ਰਿਹਾ। ਤੂੰ ਤਾਂ ਪੁੱਤ ਮੈਨੂੰ ਕਹੀ ਜਾਂਦੀ ਹੈਗੀ, ਡੈਡੀ ਤੋਂ ਪਤਾ ਨੀ ਡਰ ਲੱਗਦਾ, ਮੈਨੂੰ ਪਤਾ ਰੀਤ ਦੇ ਮਾਂ ਪਿਓ ਨੇ ਕੀ ਕੁਛ ਕੀਤਾ ਸਾਡੇ ਨਾਲ, ਮੈਂ ਜਾਣਦੀ ਹਾਂ, ਤੈਨੂੰ ਕੀ ਪਤਾ ਨਿਆਣੀ ਨੂੰ। ਉਹਨਾਂ ਕਰਕੇ ਪੁੱਤ ਤੁਹਾਨੂੰ ਬਾਹਰ ਭੇਜਣਾ ਪਿਆ, ਮੇਰਾ ਜੀ ਨੀ ਕਰਦਾ ਸੀ ਤੁਹਾਨੂੰ ਭੇਜਣ ਨੂੰ, ਮੈਨੂੰ ਪਤਾ ਮੈਂ ਕਿਵੇਂ ਕੱਟਿਆ ਤੁਹਾਡੇ ਬਗੈਰ। ਦਾਦੀ ਜੀ ਮੇਰੀ ਗੱਲ ਸੁਣੋ, ਹੁਣ ਉਹਨਾਂ ਨੇ ਤਾਂ ਵਿਚਾਰਿਆਂ ਨੇ ਕੁਛ ਕਰਿਆ ਨੀ ਸੀਗਾ ਉਦੋਂ, ਉਹ ਤਾਂ ਖੁਦ ਰੋ ਰਹੇ ਸੀ, ਨਾਲੇ ਤੁਹਾਨੂੰ ਪਤਾ ਵੀ ਨਾਨਾ ਤੇ ਨਾਨੀ ਮੇਰਾ ਕਿੰਨਾ ਕਰਦੇ ਨੇ, ਹੁਣ ਤੱਕ ਕਰਦੇ ਨੇਗੇ। ਤੇ ਰਹੀ ਗੱਲ ਰੀਤ ਦੀ, ਉਹ ਚਲੋ ਚਲੀ ਗਈ, ਉਹ ਨਾ ਆਪਣਾ ਰਿਸ਼ਤਾ ਹੈਗਾ ਸੀ ਉਹ ਚਲੀ ਗਈ, ਹੁਣ ਆਪਾਂ ਇਹਨਾਂ ਨੂੰ ਵੀ ਤਾਂ ਸਿੱਟ ਨੀ ਸਕਦੇ ਨਾ, ਡੈਡੀ ਨੇ ਇਹਨਾਂ ਦੀ ਜ਼ਿੰਮੇਵਾਰੀ ਲਈ ਹੋਈ ਆ। ਨਾਲੇ ਜਿਹੜੇ ਤੁਸੀਂ ਕਮਰੇ ਦੀ ਗੱਲਾਂ ਕਰੀ, ਤੁਹਾਨੂੰ ਮੈਂ ਇੱਕ ਵਾਰ ਨੀ 100 ਵਾਰੀ ਕਹਿਤਾ, ਆਪਣੇ ਤਾਂ ਉੱਪਰ ਵਿੱਚ ਬਾਰੇ ਚ ਵੀ ਇੰਨੇ ਕਮਰੇ ਨੇ, ਜਦੋਂ ਦੇਖ ਲਓ ਮੀਟਿੰਗ ਹੁੰਦੀ ਆ ਕਿੰਨੇ ਬੰਦੇ ਆਉਂਦੇ ਨੇ ਘਰੇ, ਫਿਰ ਵੀ ਇੰਨੀ ਜਗ੍ਹਾ ਖਾਲੀ ਪਈ ਹੁੰਦੀ ਆ, ਪਤਾ ਨੀ ਹੁਣ ਦਾਦੀ ਤੁਹਾਨੂੰ ਕੀ ਹੋਇਆ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ, ਪਿਓ ਵਾਂਗੂ ਗੱਲ ਨੂੰ ਥੱਲੇ ਨੀ ਡਿੱਗਣ ਦਿੰਦੀ ਹੈਗੀ। ਮੈਂ ਐਂ ਕਹਿੰਦੀ ਗੁਰਦੁਆਰੇ 'ਚ ਜਾ ਕੇ ਨਾ ਰੋਸਮੈਂਟ ਕਰਵਾ ਦਿਓ, ਵੀ ਸਾਡੇ ਨਾ ਡਬਲ ਸਟੋਰੀ ਆ, 7-8 ਕਮਰੇ ਆ, ਜਿਹਦੇ ਜੀ ਕਰਦਾ ਆ ਕੇ ਰਹਿ ਜਾਓ, ਠੀਕ ਹੈ? ਗੱਲ ਤੇ ਨੀ ਆਉਂਦੇ ਨਾ ਪਿਓ ਨਾ ਧੀ, ਮੈਂ ਤਾਂ ਨੀ ਕਾਹਨੂੰ ਕੁਛ ਬੋਲਣਾ ਹੈਗਾ। ਮੇਰੀ ਗੱਲ ਸੁਣੋ, ਤੁਸੀਂ ਗੁੱਸਾ ਕਰੋ ਜਾਂ ਗਿੱਲਾ ਕਰੋ ਜੋ ਮਰਜ਼ੀ ਕਰੋ, ਮੈਂ ਤਾਂ ਤੁਹਾਨੂੰ ਗਲਤ ਕਹੂੰਗੀ, ਉਹ ਪ੍ਰਮਾਤਮਾ ਜਾਣਦਾ ਤੁਹਾਨੂੰ ਕੀ ਹੋਇਆ ਕੀ ਨਾ, ਤੁਹਾਡੇ ਦਿਮਾਗ 'ਚ ਪਤਾ ਨੀ ਕੀ ਚੱਲਦਾ ਕੀ ਨਾ, ਪਰ ਜਿਹੜੀ ਅੱਜ ਮੈਨੂੰ ਦਿਖ ਰਹੀ ਆ ਨਾ, ਇਹ ਮੇਰੀ ਦਾਦੀ ਤਾਂ ਹੋ ਹੀ ਨਹੀਂ ਸਕਦੀ ਹੈਗੀ, ਨਾ ਇਹ ਮੇਰੀ ਦਾਦੀ ਹੈਗੀ ਆ, ਮੈਂ ਚੱਲੀ ਆ, ਬੈਠੇ ਰਹੋ। ਕਿੱਧਰ ਚੱਲੀ, ਮੇਰੀ ਗੱਲ ਸੁਣ, ਹੁਣ ਆ ਦੇਖ ਆਈ ਹੈ ਨਾ ਕੰਮੋ, ਤੂੰ ਇਹਨੂੰ ਵੀ ਮਾਂ ਹੀ ਕਹਿਣੀ ਹੈ? ਹਾਂਜੀ ਕਹਿਣੀ ਹੈ, ਮਾਂ ਹੀ ਹੈ। ਤੇ ਇਹ ਦੇਖ ਲਾ ਪਿੱਛੇ ਪਤਾ ਨੀ ਬਹੁਤ ਕੁਛ ਕਰਕੇ ਆਈ, ਆਪਦੀ ਸੱਸ ਨੂੰ ਕੁੱਟਦੀ ਹੁੰਦੀ ਸੀਗੀ ਮੁੱਕਿਆਂ ਨਾਲ ਡੰਡਿਆਂ ਨਾਲ, ਪਤਾ ਤੇ ਉੱਤੋਂ ਹੀ ਮਿੱਠੀ ਹੈ, ਬਚ ਕੇ ਰਹੀ ਮਾੜਾ ਜਾਏ ਤੂੰ ਕਹਿੰਦਾ। ਉਹ ਦਾਦੀ ਤੁਹਾਨੂੰ ਪਤਾ ਨੀ ਕੀ ਹੋ ਗਿਆ, ਪਤਾ ਨੀ ਤੁਹਾਨੂੰ ਕੋਈ ਸੁਪਨਾ ਆਇਆ ਇਦਾਂ ਦਾ ਹੈ? ਉਹ ਤਾਂ ਵਿਚਾਰੀ ਇੰਨੀ ਚੰਗੀ, ਉਹ ਤਾਂ ਇੰਨੇ ਪਿਆਰ ਨਾਲ ਗੱਲ ਕਰਦੀ ਹੈ ਨਾ, ਇੰਨਾ ਵਧੀਆ ਨੇਚਰ ਆ ਉਹਨਾਂ ਦਾ, ਪਤਾ ਨੀ ਤੁਹਾਨੂੰ ਕੀ ਹੋਇਆ, ਤੁਹਾਨੂੰ ਕੁਛ ਕਿਹਾ ਉਹਨਾਂ ਨੇ? ਮੈਨੂੰ ਦੱਸ ਦੋ ਨਾ, ਬੋਲਦੀ ਤਾਂ ਮਿੱਠਾ ਹੈ ਮੈਨੂੰ ਪਤਾ, ਪਰ ਮਨ ਚ ਉਹ ਰੱਖਦੀ ਹੈ ਕਰੋੜ ਮੇਰੇ ਨਾਲ, ਮੈਨੂੰ ਪੱਕਾ ਪਤਾ। ਆਈ ਪੈਣ ਦੀ ਗੱਲ ਮੈਂ ਕਰਦੀ ਸੀ, ਮਾਂ ਮੈਨੂੰ ਇੰਨੇ ਕਮਰੇ ਨੀ ਪੈਣ ਨੂੰ ਥਾਂ ਨੀ, ਜਿਹੜਾ ਏਸੀ ਆ ਉਹ ਉਹਨਾਂ ਨੂੰ ਸੰਭਾਲ ਛੱਡੇਗਾ ਮਾਂ ਪਿਓ ਨੂੰ। ਤੇ ਦਾਦੀ ਜੀ ਏਸੀ ਤਾਂ ਸਾਰੇ ਕਮਰੇ ਚ ਲੱਗੇ, ਤੁਸੀਂ ਪਤਾ ਨੀ ਜਿੱਦ ਕਰਦੇ ਹੋ ਵੀ ਹਾਂ, ਜੇ ਜਿੱਥੇ ਤੁਸੀਂ ਇੱਕ ਵਾਰੀ ਗਰਾਰੀ ਪਸਾ ਲੈਣੀ ਵੀ ਆਹ ਚੀਜ਼ ਮੈਂ ਕਰਨੀ ਕਰਨੀ, ਬਸ ਤੁਸੀਂ ਉੱਥੇ ਗਰਾਰੀ ਪਸਾ ਕੇ ਬਹਿ ਜਾਓ, ਬਸ ਮੈਨੂੰ ਮਾੜੀ ਕਹਿਣਾ, ਤੁਸੀਂ ਤਾਂ ਪਿਓਤੀ ਨੇ ਕਹੀ ਜਾਓ, ਮੈਂ ਜਿਹੜੀ ਗੱਲ ਕਹਿਣੀ ਉਹ ਕਹਿ ਕੇ ਰਹੂੰਗੀ, ਸਿੱਧੀ ਜੀ ਗੱਲ। ਤੇ ਨਾਲੇ ਆਈਆਂ ਦੇ ਵਿੱਚ ਮੈਥੋਂ ਨੀ ਪੈ ਜਾਂਦਾ ਹੈਗਾ, ਮੈਂ ਆਪਦੀ ਮੌਜ ਨਾਲ ਕਿਤੇ ਮਰਜ਼ੀ ਪਵਾਂ। ਫਿਰ ਪੈ ਜਾ ਕਰੋ, ਤੁਹਾਨੂੰ ਕੋਈ ਰੋਕ ਲੈ, ਇੰਨੇ ਕਮਰੇ ਪਏ ਨੇ, ਉਹ ਏਸੀ ਵਾਲੇ ਕਮਰੇ ਤਾਂ ਉਹਨਾਂ ਨੇ ਰੋਕ ਛੱਡੇ, ਏਸੀ ਤਾਂ ਸਾਰੇ ਕਮਰੇ 'ਚ ਲੱਗਾ, ਕਿਹੜੇ ਕਮਰੇ 'ਚ ਏਸੀ ਨਹੀਂ ਲੱਗਿਆ? ਇੱਕ ਅੱਧਾ ਕਮਰਾ ਹੋਊਗਾ ਜੀ 'ਚ ਏਸੀ ਨਹੀਂ ਲੱਗਿਆ ਹੋਊਗਾ। ਚੱਲ ਚੰਗਾ, ਮੈਂ ਆਪਦਾ ਮਨ ਬਣਾਉਣੀ ਆ, ਜਾ ਤੂੰ ਆਪਦਾ ਕਰ ਲੈ, ਖਾ ਪੀ ਲੈ ਜਿਹੜਾ ਕੁਛ ਖਾਣਾ। ਦਾਦੀ ਤੁਸੀਂ ਨਾ ਥੋੜਾ ਸਿਰ ਸੁਰ ਦੁਖਦਾ ਹੋਣਾ, ਤੁਸੀਂ ਦਿਮਾਗ ਆਪਦਾ ਬਾਹਰ ਨਾ ਲਾਇਆ ਕਰੋ, ਮੈਂ ਤਾਂ ਤੁਹਾਨੂੰ ਗਲਤ ਕਹੂੰਗੀ, ਕਿਸੇ ਨੂੰ ਨਹੀਂ ਕਹਿੰਦੀ। ਚੱਲ ਠੀਕ ਹੈ, ਸ਼ਾਬਾਸ਼ ਤੇਰੇ ਵੀ, ਆ ਕੇ ਇੰਨੇ ਦਿਨਾਂ ਤੋਂ ਮੈਨੂੰ ਇਹ ਵੀ, ਮੈਨੂੰ ਤਾਂ ਮਾੜਾ ਬਣਾ ਕੇ ਲੈ, ਦੱਸ ਹੱਦ ਹੋਈ ਪਈ ਜਾਵਾਂ ਸਾਰੇ ਟੱਬਰ ਦੀ, ਕੋਈ ਨਾ ਲੈ ਦੇਖ ਲਾ, ਕੰਮ ਵਾਲੀਆਂ ਸਿਰ ਤੇ ਕੰਮ ਛੱਡ ਕੇ ਨਾ ਹੋਰਾ ਵੀ ਟਾਈਮ ਪਾਸ ਨਹੀਂ ਹੁੰਦਾ ਹੈਗਾ, ਨਾਸ ਕਰਿਆ ਪਿਆ ਘਰੇ, ਕਿਵੇਂ ਭਾਂਡੇ ਦੇਖ ਲਾ ਲੈ। ਉਹ ਗੱਲ ਸੁਣ, ਉਹ ਦਿਮਾਗ ਨੂੰ ਸੈੱਟ ਆ ਕਿ ਨਹੀਂ, ਕੀ ਹੋ ਗਿਆ ਫੇਰ, ਕਹਿੰਦਾ ਮੈਂ ਲੜਦਾ ਮੇਰੇ ਨਾਲ ਹੈ, ਉਹ ਕੰਮ ਵਾਲੀ ਕਿਉਂ ਮੋੜਤੀ,
ਕੰਮ ਤਾਂ ਚੱਜ ਦਾ ਕਰਦੀਆਂ ਨੀ, ਦੇਖੀ ਕਿਵੇਂ ਗਾਹ ਪੇ ਪਿਆ, ਗੈਸ ਦੇਖ ਲਾ ਸਾਫ਼ ਕੀਤਾ, ਮੈਂ ਤਾਂ ਕਿਤੇ ਤੂੰ ਆਂਚ ਨੀ ਆਉਣ ਦਿੱਤੀ, ਇੰਨਾ ਸੋਹਣਾ ਬਣਾ ਕੇ ਰੱਖਦੀ ਸੀਗੀ ਉਹ ਵਧੀਆ ਕਰੀਨ ਦੇ ਟਾਈਮ ਪਾਸ ਇੱਕ ਮਹੀਨਾ ਨਿਕਾਲਾ, ਉਦੋਂ ਬਾਅਦ ਕਰ ਲਈ ਕੰਮ ਸਾਰੀ ਉਮਰ ਕੰਮ ਕਰਨ ਨੂੰ ਜਾਂ ਉਹ ਰੋਗ ਲੱਗ ਜੂ ਮੁੜ ਕੇ ਢੂਈ ਦੁੱਖਣ ਲੱਗ ਗਿਆ ਸਾਰੀ ਉਮਰ, ਉਦੋਂ ਦੁੱਗਣੇ ਲਵਾ ਲੇਗੀ ਹੈਂ, ਡਾਕਟਰ ਪਤਾ 500 ਰੁਪਏ ਪਰਚੀ ਲੈਂਦੇ ਆ, ਦਵਾਈ ਅਲੱਗ ਲੈਂਦੇ ਆ। ਬਸ 25 ਦਿਨ ਹੋ ਗਏ, ਹੁਣ ਮਹੀਨੇ ਚ ਕੀ ਗੋਡੇ ਰਹਿ ਗਏ, ਆ 5 ਦਿਨ ਰਹਿ ਗਏ। ਉਹ 2-3 ਮਹੀਨੇ ਦਾ ਪਰਹੇਜ ਹੁੰਦਾ, ਕਿਉਂ ਮੰਨ ਲਿਆ ਕਰ, ਮੰਨ ਲਿਆ ਕਰ, ਕੁੱਤੇ ਦੀ ਪੁੱਛੇ ਭਲੇ ਦੱਸ। 5000 ਝਾੜਾ ਨਾ ਲੱਗਦਾ, 5000 ਤਾਂ ਲੈ ਜਾਂਦੀ ਹੈ, ਕੰਮ ਤਾਂ 5 ਰੁਪਏ ਦਾ ਕਰਕੇ ਨੀ ਆਉਂਦੀ ਗੀ। ਉਹ ਡਾਕਟਰ ਕੋਲ ਬਾ ਕੇ 5000 ਇੱਕ ਵਾਰੀ ਚ ਲੈ ਲੂਗਾ। ਮੰਨਦੀ ਹਾਂ ਮੈਂ, ਡਾਕਟਰ 5000 ਇੱਕ ਵਾਰੀ ਚ ਲੈ ਲੂ, ਪਰ ਫਿਰ ਕੰਮ ਵੀ ਸਫਾਈ ਦਾ ਕਰੇ, ਮੈਂ ਤਾਂ ਕਹਿ ਕਹਿ ਕੇ ਥੱਕ ਲਈ। ਆ ਫਰਿੱਜ ਦੇਖ ਲੈ, ਕੱਪੜਾ ਮਾਰੇ ਕਿ ਨਹੀਂ ਦੇਖ ਲੈ, ਦਾਗ ਪਾ ਤੇ ਸਾਰੇ ਇਹਦੇ ਤੇ। ਉਹ ਸਫਾਈ ਮੈਂ ਕਰਦਾ ਕਰੂੰਗਾ, ਹੁਣ ਮੈਂ ਬੁਲਾ ਕੇ ਲਿਆਉਣਾ ਕੰਮ ਵਾਲੀ ਨੂੰ। ਅੱਛਾ ਮੈਂ ਲਿਆਉਣਾ ਬੁਲਾ ਕੇ, ਤੂੰ ਭਲਾ ਇੱਧਰ ਤਾਂ ਦੇਖ ਲੈ ਕਿਵੇਂ ਗਾਹ ਪਾਇਆ ਪਿਆ, ਇੰਨਾ ਕਿਵੇਂ ਗਾਹ ਪਾਇਆ ਸੀ। ਉਹ ਸਾਫ਼ ਸੁਥਰਾ ਹੈਗਾ, ਹੋਰ ਤੇਰੇ ਇਹਦੇ ਕੀ ਆ, ਮੱਖੀਆਂ ਆਉਣ, ਠੰਡ ਤਾਂ ਮੱਖੀਆਂ ਨਾ ਆਉਣੇ, ਮੱਖੀਆਂ ਕੀ, ਮੱਖੀਆਂ ਨਾ ਨਹੀਂ, ਸਾਰਾ ਕੁਛ ਜਿੱਥੇ ਸਬਜ਼ੀ ਬਣਾ ਲਈ ਉੱਥੇ ਪਤੀਲੀ ਪਈ ਹੈ, ਡੱਬੇ ਪਏ ਨੇ, ਚੀਜ਼ ਚੱਕਿਆ ਜਿੱਥੋਂ ਚੱਕਦੀ ਉੱਥੇ ਰੱਖਣ ਦਾ ਹੱਕ ਨਹੀਂ ਬਣਦਾ ਆਪਣਾ, ਆਪਦਾ ਘਰ ਬਣਾ ਕੇ ਕੰਮ ਕਰੇ, ਮੈਨੂੰ ਕੋਈ ਟੈਨਸ਼ਨ ਨਹੀਂ ਸੀ। ਇੱਥੇ ਰੱਖੂ, ਉਹਨ ਰੱਖੂ ਆਪਦੇ ਘਰੇ ਥੋੜੀ ਲੈ ਕੇ ਜਾਊਗੀ, ਜਾਂ ਉਧਰ ਇੱਥੇ ਪਈ ਹੁੰਦੀ। ਕੱਢ ਕੇ ਉਹਨੂੰ ਫਰਿੱਜ ਚ ਲਾ ਵੀ ਸਕਦੀ ਹੈਗੀ, ਮੈਂ ਤੰਗ ਉੱਠ ਕੇ ਆਈ ਹਾਂ, ਉਹਨੂੰ ਆਖੇ ਭਾਣੇ ਮੈਂ ਆਪੇ ਕੰਮ ਕਰ ਲਿਆ ਕਰੂ, ਜਿਹੜਾ ਅੱਜ ਕਰ ਗਈ ਠੀਕ ਹੈ। ਗੱਲ ਸੁਣ ਲੈ ਮੇਰੀ ਕਹਣ, ਜੇ ਕੁਛ ਹੋ ਗਿਆ ਤੈਨੂੰ, ਜਾਂ ਤੂੰ ਮੈਨੂੰ ਕਹਿਤਾ ਮੇਰੀ ਆਹ ਢੂਈ ਦੁਖਦੀ ਹੈ, ਲੱਤ ਦੁਖਦੀ ਹੈ, ਉੱਤੀ ਕੁੱਟੂ ਮੈਂ, ਇਹ ਗੱਲ ਸੁਣ ਲੈ। ਮੇਰਾ ਹਜੇ ਕੁਛ ਨਹੀਂ ਦੁਖਦਾ ਹੈਗਾ। ਦੁਖਦਾ ਚੱਲ ਤੂੰ ਯਾਰ, ਮੈਂ ਕਹਾਂ 2-4 ਦਿਨ ਹੋਰ ਕੱਢ ਲੈ, ਚੱਲ ਦੇਣਾ, ਚਲੋ ਫੇਰ ਨਿਜਾਬ ਦੀ ਭੈਣ ਨੂੰ ਬੁਲਾ ਲੈ, ਰਿਸ਼ਤੇਦਾਰ ਨੂੰ ਬੁਲਾ ਲੈ। ਹੁਣ ਜੀਰੀ ਦਾ ਕੰਮ ਹੈ, ਉਹ ਕਿਵੇਂ ਆਉਣਗੇ? ਫਿਰ ਚੁੱਪ ਕਰਕੇ, ਅਗਲੇ ਨੇ ਵੀ ਖੇਤ ਬੰਨੇ ਚਾਹ ਪਾਣੀ ਭੇਜਣਾ ਹੁੰਦਾ ਹੈਗਾ। ਤੂੰ ਚੱਲ ਉਦੋਂ ਚੁੱਪ ਕਰਕੇ ਨਾ ਕੰਮ ਆਰਾਮ ਕਰ ਲੈ, ਕਰ ਮੈਂ ਆਰਾਮ ਕਰ ਲੈ। ਗੱਲ ਸੁਣ, ਬੇਸਾਕਰ ਨੂੰ ਲਿਆਈ, ਉਹਨੂੰ ਕਹਿ ਵੀ 5-5 ਤਾਂ ਦੇਖ ਮਿਲਦਾ ਨਹੀਂ, 3000 ਰੁਪਏ ਦੇ ਮੰਗੇ। ਚੱਲ ਠੀਕ ਆ, ਠੀਕ ਹੈ, ਚੰਗਾ। ਹਾਂ ਬੇਸਾਕ ਰੋਟੀ ਨਾ ਲੱਖ ਜਾ ਕੇ, ਰੋਟੀ ਮੈਂ ਆਪੇ ਲਾ ਲੂੰਗੀ। ਚੱਲ ਠੀਕ, ਝਾੜੂ ਪੋਚਾ ਕਰ ਜਾ ਕਰੂੰਗੀ। ਕੋਈ ਮੈਂਟਲ ਦੀ ਮੈਂਟਲ ਆ ਟਾਈਮ ਤੇ ਲੈ ਸ਼ੈਂਪੂ, ਸਾਰਿਆਂ ਦੇ ਤਾਂ ਉਂਗਲ ਲਾ ਦਿੱਤਾ ਹੈ, ਪਵਾ ਤਾਂ ਹੈ ਘਰ 'ਚ ਪਵਾੜਾ, ਅਤੇ ਹੁਣ ਮਨੂ ਰਹਿ ਗਈ ਇੱਕ, ਰਹਿ ਗਈ ਕੰਮੋ, ਇਹਨਾਂ ਦੋਨਾਂ ਦਾ ਕੰਮ ਕਰਨ ਵਾਲਾ। ਹੁਣ ਜੇ ਕਿਤੇ ਮਨੂ ਆ ਰਹੀ ਹੈ ਵੈਸੇ ਅੱਜ, ਜੇ ਮਿਲ ਜੇ ਨਾ ਅੱਜ ਆ ਜਾਵੇ ਉਰੇ, ਤਾਂ ਮੈਂ ਉਹਦੇ ਨਾਲ ਗੱਲ ਕਰਾਂਗੀ। ਹੋਰ ਮਾਸੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਯਾਦ ਹੀ ਕਰੀ ਜਾਂਦੀ ਸੀਗੀ। ਅੱਛਾ ਮਾਸੀ, ਮੈਨੂੰ ਯਾਦ ਕਰ ਰਹੇ ਸੀ। ਹੋਰ ਦੱਸੋ ਠੀਕ ਹੋ? ਹਾਂ ਵਧੀਆ, ਮੈਂ ਤੈਨੂੰ ਐਂ ਯਾਦ ਕਰੀ ਜਾਂਦੀ ਸੀ, ਮਨੂ ਨੂੰ ਕਿੰਨੇ ਦਿਨ ਹੋ ਗਏ ਗਈ ਨੂੰ, ਹਜੇ ਤੱਕ ਆਈ ਨਹੀਂ। ਲੈ ਮਾਸੀ ਤੂੰ ਕਿਹੜੀਆਂ ਗੱਲਾਂ ਕਰਦੀਆਂ, ਅੱਜ ਮੈਂ ਆਈ ਹਾਂ, 2-3 ਦਿਨਾਂ ਨੂੰ ਮੈਂ ਫੇਰ ਚੱਲ ਜਾਣਾ। ਕਿਉਂ ਚੱਲ ਜਾਣਾ ਪੁੱਤ? ਮਾਸੀ ਮੈਨੂੰ ਨਾ ਡੈਡੀ ਨੇ ਥੋੜ੍ਹੇ ਬਹੁਤ ਕੰਮ ਸੰਭਾਲੇ ਹੋਏ ਨੇ ਆਪਦੇ, ਅਤੇ ਉਹ ਮੈਨੂੰ ਕਰਕੇ ਆਉਣੇ ਪੈਂਦੇ ਨੇ। ਅੱਛਾ ਮੈਂ ਤੈਨੂੰ ਇੱਕ ਗੱਲ ਆਖਾਂ ਪੁੱਤ, ਮਨੂ ਸਾਰੇ ਪਰਿਵਾਰ ਦੇ ਵਿੱਚੋਂ ਨਾ ਇੱਕ ਸਿਰਫ ਤੂੰ ਹੀ ਵਧੀਆ ਲੱਗਦੀ ਹੈ ਮੈਨੂੰ ਤਾਂ, ਸੌਂ ਲੱਗੇ ਮੈਨੂੰ ਤਾਂ ਕੋਈ ਨਹੀਂ ਚੰਗਾ ਲੱਗਦਾ, ਅਤੇ ਇੱਕ ਤੇਰੀ ਦਾਦੀ ਵਧੀਆ ਲੱਗਦੀ ਬਸ। ਕਿਉਂ ਮਾਸੀ, ਹੁਣ ਤੁਹਾਨੂੰ ਕੀ ਹੋ ਗਿਆ, ਤੁਹਾਡਾ ਵੀ ਮੂੰਹ ਮੋਟਾ ਹੋਇਆ ਹੋਇਆ ਕੀ? ਹਾਂ ਮੇਰਾ ਮੂੰਹ ਤਾਂ ਬਸ ਐਂ ਮੋਟਾ ਹੋਇਆ ਹੋਇਆ, ਕਿਉਂਕਿ ਮੈਥੋਂ ਨਾ ਚੰਗਾ ਜਿਹਾ ਨਹੀਂ ਲੱਗਦਾ, ਮੈਨੂੰ ਵਧੀਆ ਨਹੀਂ ਲੱਗਦਾ। ਦੇਖੀ ਪਹਿਲਾਂ MLA ਸਾਹਿਬ ਤੇਰੇ ਡੈਡੀ ਨੇ ਜਿਹੜੇ ਤੈਨੂੰ ਕਿੰਨਾ ਪਿਆਰ ਕਰਦੇ ਹੁੰਦੇ ਸੀ ਹਨਾ, ਤੇ ਹੁਣ ਦੇਖ ਲੈ ਸਮਝ ਨਹੀਂ ਦਿੰਦੇ ਤੈਨੂੰ, ਉਹ ਸਾਰਾ ਦਿਨ ਜਿਹੜੀ ਤੇਰੀ ਨਵੀਂ ਮੰਮੀ ਆ ਰਹੀ ਆ ਨਾ ਬਸ ਉਹਦੇ ਕੋਲ ਬੈਠੇ ਰਹਿੰਦੇ ਨੇ। ਚੱਲ ਫਿਰ ਕੀ ਆ ਮਾਸੀ, ਇਹ ਚ ਕੋਈ ਗੱਲ ਨੀ, ਮੇਰੇ ਕੋਲ ਖੁਦ ਕੋਲ ਟਾਈਮ ਨੀ, ਪਾਪਾ ਨੂੰ ਤਾਂ ਨਾ ਕੰਮ ਜ਼ਿਆਦਾ ਹੁੰਦੇ ਨੇ ਬਾਹਰ ਅੰਦਰ ਦੇ, ਬਸ ਤਾਂ ਕਰਕੇ ਆ। ਬਾਕੀ ਮੇਰੀ ਗੱਲ ਸੁਣੋ, ਤੁਸੀਂ ਇੰਨੀ ਮੇਰੀ ਫਿਕਰ ਨਾ ਕਰਿਆ ਕਰੋ, ਉਹ ਮੈਂ ਆਪੇ ਹੈਂਡਲ ਕਰ ਲੂੰਗੀ, ਮੈਨੂੰ ਪਤਾ ਮੇਰੇ ਪਾਪਾ ਮੈਨੂੰ ਪਿਆਰ ਕਰਦੇ, ਮੇਰੇ ਹਿੱਸੇ ਦਾ ਪਿਆਰ ਤਾਂ ਮੇਰੇ ਡੈਡੀ ਕਿਸੇ ਨੂੰ ਦੇ ਹੀ ਨਹੀਂ ਸਕਦੇ, ਤੁਸੀਂ ਮੇਰੀ ਗੱਲ ਸੁਣੋ,
ਮੈਂ ਤਾਂ ਚਲੋ ਚਲੀ ਜਾਂਦੀ ਹੁਣ, ਮੈਂ ਫੇਰ ਚਲੂੰਗੀ, ਮਗਰ ਤੁਸੀਂ ਘਰ ਦਾ ਧਿਆਨ ਰੱਖ ਲਿਆ ਕਰੋ ਨਾ ਚੰਗੀ ਤਰ੍ਹਾਂ। ਮੈਂ ਤਾਂ ਹੀ ਤਾਂ ਕਹਿੰਦੀ ਹਾਂ ਨਾ ਮਨੂ, ਜਦੋਂ ਤੂਰੇ ਹੁੰਦੀ ਆ ਹਨਾ, ਦੇਖ ਉਦੋਂ ਤੈਨੂੰ ਕੁਛ ਨੀ ਪਤਾ ਲੱਗਦਾ ਹਨਾ ਵੀ ਇਹ ਕੀ ਕਰਦੇ ਨੇ ਕੀ ਨਾ ਹਨਾ। ਜਿਹੜੀ ਤੇਰੀ ਨਵੀਂ ਮੰਮਾ ਗੀ ਤੇਰੇ ਸਾਹਮਣੇ ਪੂਰੀ ਵਧੀਆ ਬਣ ਕੇ ਰਹਿੰਦੀ ਆ ਨਾ, ਤੈਨੂੰ ਪਤਾ ਨੀ ਨਾ ਲੱਗਦਾ। ਤੇ ਜਦੋਂ ਤੂੰ ਚਲੀ ਜਾਂਦੀ ਆ ਨਾ, ਉਦੋਂ ਬਾਅਦ ਹੀ ਸਾਰਾ ਕੁਛ ਹੁੰਦਾ। ਬਾਅਦ ਹੁੰਦਾ? ਹਾਂ, ਉਹ ਜਿਹੜੀ ਉਹਦੀ ਕੁੜੀ ਨੀ ਹੈਗੀ ਛੋਟੀ, ਉਹਦਾ ਪਤਾ ਕਿੰਨਾ ਪਿਆਰ ਕਰਦੇ ਨੇ ਗੇ, ਉਹਨੂੰ ਕਦੇ ਕੁਛ ਲੈ ਕੇ ਦਿੰਦੇ ਨੇ ਕਦੇ ਕੁਛ, ਤੇ ਤੈਨੂੰ ਮਹੀਨੇ ਦੇ ਵਿੱਚ ਇੱਕ ਚੀਜ਼ ਲੈ ਕੇ ਦਿੰਦੇ ਆ। ਕੋਈ ਗੱਲ ਨੀ ਮਾਸੀ, ਫਿਰ ਕੀ, ਮੇਰੇ ਕੋਲ ਸਾਰਾ ਕੁਛ ਹੈਗਾ। ਵੈਸੇ ਮੈਂ ਹੁਣ ਵੱਡੀ ਹੋ ਗਈ ਆ ਤੇ ਮੈਂ ਆਪਣੀ ਚੀਜ਼ ਆਪ ਲੈ ਸਕਦੀ ਆ। ਉਹ ਛੋਟੀ ਆ ਬੱਚੀ ਵਿਚਾਰੀ, ਉਹਦਾ ਤਾਂ ਮੈਂ ਵੀ ਬਹੁਤ ਕਰਦੀ ਆ, ਮੈਂ ਵੀ ਬਹੁਤ ਚੀਜ਼ਾਂ ਨਾਲ ਖੇਡਦੀ ਆ। ਮਨੂ ਮੇਰੀ ਗੱਲ ਸੁਣ ਪੁੱਤ, ਦੇਖ ਇਸ ਤੇਰੇ ਡੈਡੀ ਦੀ ਹਨਾ, ਤੂੰ ਆ ਨਾ ਕੱਲੀ, ਉਹ ਤਾਂ ਨੀ ਹੈਗੀ ਨਾ ਇਹਦੀ, ਕੀ ਪਤਾ ਉਹਦਾ ਪਿਓ ਕੌਣ ਸੀ ਕੌਣ ਨਾ, ਕਿੰਨਾ ਅੱਧਾ ਪਿਆਰ ਖੋਈ ਜਾਂਦੀ ਆ ਤੇਰੇ ਡੈਡੀ ਦਾ। ਓ ਨਾ ਨਾ ਮਾਸੀ, ਤੁਸੀਂ ਵਾਲੀ ਫਿਕਰ ਨਾ ਕਰੋ, ਮੇਰੇ ਰਿਸ਼ਤੇ ਦਾ ਪਿਆਰ ਮੇਰੇ ਕੋਲ ਹੀ ਆ, ਕਿਤੇ ਨਹੀਂ ਜਾਂਦਾ। ਤੇ ਬਾਕੀ ਰਹੀ ਗੱਲ ਉਹਨੂੰ ਪਿਆਰ ਕਰਨ ਦੀ, ਤੇ ਡੈਡ ਜਦ ਅਸੀਂ ਜ਼ਿੰਮੇਵਾਰੀ ਚੱਕੀ ਆ ਤੇ ਸਾਡਾ ਫਰਜ਼ ਬਣਦਾ ਵੀ ਹਾਂ ਉਹ ਕੁੜੀ ਨੂੰ ਵੀ ਮੈਂ ਆਪਣੀ ਸਕੀ ਭੈਣਾਂ ਨਾਲੋਂ ਵੱਧ ਸਮਝਾਂ, ਤੇ ਪਾਪਾ ਵੀ ਉਹਦਾ ਓਨਾ ਹੀ ਕਰਨ ਜਿੰਨਾ ਮੇਰਾ ਕਰਦੇ ਆ। ਤੁਸੀਂ ਮੇਰੀ ਗੱਲ ਸੁਣੋ, ਘਰ 'ਚ ਨਾ ਮੇਰੇ ਜਾਣ ਤੋਂ ਬਾਅਦ ਇੰਨਾ ਕੁਛ ਹੋ ਗਿਆ, ਤੁਸੀਂ ਮਾੜਾ ਮੋਟਾ ਸਮਝਾ ਦਿਆ ਕਰੋ। ਕਦੇ ਤਾਂ ਦਾਦੀ ਦਾ ਉਧਰ ਮੂੰਹ ਮੋਟਾ ਹੋਇਆ ਪਾ, ਉਦੋਂ ਡੈਡੀ ਕਹਿੰਦੇ ਦਾਦੀ ਨੂੰ ਸਮਝਾ, ਡੈਡੀ ਦਾਦੀ ਕਹਿ ਦਿੰਦੀ ਆ ਵੀ ਡੈਡੀ ਨੂੰ ਸਮਝਾ, ਮੈਂ ਉਸ ਕਿੱਧਰ ਭੱਜਾਂ। ਮਨੂ ਮੈਂ ਤਾਂ ਹੀ ਤਾਂ ਕਹਿੰਦੀ ਆ ਨਾ, ਮੇਰੀ ਕਿੱਥੇ ਸੁਣਦੇ ਨੇ ਇਹ, ਨਾਲੇ ਮੇਰੇ ਤੇ ਥੋੜੀ ਵਿਸ਼ਵਾਸ ਕਰਨਗੇ, ਤਾਂ ਹੀ ਤਾਂ ਮੈਂ ਤੈਨੂੰ ਕਹਿੰਦੀ ਆ ਵੀ ਤੇਰੇ ਡੈਡੀ ਨਾ ਤੇਰੀ ਜ਼ਿਆਦਾ ਗੱਲ ਸੁਣਦੇ ਨੇ। ਚਲੋ ਠੀਕ, ਮੰਮੀ ਦੀ ਤਾਂ ਡੈਡੀ ਗੱਲ ਸੁਣਦੇ, ਮੰਮੀ ਵਿਚਾਰੀ ਇੰਨੀ ਚੰਗੀ ਆ, ਮੰਮੀ ਨੂੰ ਕਹਿ ਰਿਹਾ ਕਰੋ ਤੁਸੀਂ। ਨਹੀਂ ਪੁੱਤ ਮਨੂ, ਕੋਈ ਚੰਗੀ ਚੁੰਗੀ ਨਹੀਂ ਹੈਗੀ ਨਾਲੇ ਉਹ। ਦੇਖ ਮਨੂ ਮੇਰੀ ਗੱਲ ਸੁਣ, ਜਿਹੜੀ ਤੇਰੀ ਦਾਦੀ ਆ ਨਾ, ਉਹਨੂੰ ਨਾ ਉਹ ਬਹੁਤ ਜ਼ਿਆਦਾ ਬੁਰਾ ਸਮਝਦੀ ਹੈਗੀ, ਪੂਰਾ ਵੀ ਪਿਆਰ ਨਹੀਂ ਕਰਦੀ। ਤੇ ਉਹ ਜਿਹੜੀ ਤੇਰੀ ਪਹਿਲਾਂ ਵਾਲੀ ਮੰਮੀ ਸੀ, ਉਹਦੇ ਮੰਮੀ ਡੈਡੀ ਹੋਰੀ ਨਹੀਂ ਆਏ ਹੋਏ ਜਿਹੜੇ, ਉਹ ਵਿਕਰ ਹਨਾ ਤੇਰਾ ਨਾਨਾ, ਹਾਂਜੀ, ਤੇ ਉਹ ਮਨਜੀਤ, ਉਹਨਾਂ ਦੀ ਇੰਨੀ ਸੇਵਾ ਕਰਦੀ ਹੈ। ਚੱਲ ਮੈਂ ਮੰਨਦੀ ਹਾਂ ਗੱਲ ਵੀ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਪਰ ਇਹ ਤਾਂ ਨਹੀਂ ਹੁੰਦਾ ਨਾ ਵੀ ਆਪਦੇ ਘਰ ਦੇ ਮੈਂਬਰ ਨੇ ਜਿਹੜੇ ਉਹਨਾਂ ਨੂੰ ਬਾਹਰ ਕੱਢ ਦਿਓ, ਤੇ ਜਿਹੜੇ ਬਾਹਰ ਨੇ ਉਹਨਾਂ ਨੂੰ ਅੰਦਰ ਵੜ ਲਓ। ਮਾਸੀ ਜੀ, ਮੈਂ ਹੁਣ ਤੁਹਾਨੂੰ ਕਿਵੇਂ ਸਮਝਾਵਾਂ, ਇਹ ਚੀਜ਼ਾਂ ਨਾ ਇਹੋ ਜਿਹੀਆਂ ਹੈ ਨਹੀਂ ਜਿਹੋ ਜਿਹੀਆਂ ਆਪਾਂ ਉਹਨੂੰ ਬਣਾ ਰਹੇ ਹਾਂ। ਛੋਟੀ ਜਿਹੀ ਗੱਲ ਹੁੰਦੀ ਆ, ਆਪਾਂ ਉਹਨੂੰ ਖਿੱਚ ਕੇ ਲੰਬਾ ਚੌੜਾ ਨਾ ਉਹਦਾ ਇਸ਼ੂ ਬਣਾ ਦਿੰਦੇ, ਉਹਦੇ ਕਰਕੇ ਆਪਣੇ ਦਿਮਾਗ ਤੇ ਲੋਡ ਪੈ ਜਾਂਦਾ, ਆਪਾਂ ਬਹੁਤ ਗਲਤ ਮਲਤ ਸੋਚਣ ਲੱਗ ਜਾਂਦੇ ਹਾਂ। ਮੈਨੂੰ ਤਾਂ ਐਸੀ, ਚਲੋ ਮੈਂ ਤੁਹਾਡੇ ਨਾਲ ਗੱਲ ਕਰੂੰ, ਤੁਸੀਂ ਸਮਝਦਾਰ ਹੋ, ਮਾੜਾ ਮੋਟਾ ਸਮਝੋਗੇ, ਪਰ ਤੁਸੀਂ ਤਾਂ ਆਪ ਹੋਰ ਹੀ ਕੁਛ ਸੋਚੀ ਜਾਂਦੇ ਹੋ। ਚਲੋ ਕੋਈ ਨੀ, ਤੁਸੀਂ ਬੈਠੋ ਆਰਾਮ ਕਰੋ, ਤੁਹਾਨੂੰ ਵੀ ਦਵਾਈ ਦਵੂਈ ਦੀ ਲੋੜ ਹੈ, ਮੈਂ ਆਪੇ ਸਮਝਾ ਦੂੰਗੀ ਉਹਨਾਂ ਨੂੰ। ਕਿੰਨੀ ਤੇਜ਼ ਆ ਇਹ ਚੁਰਚਰੀ ਜੀ, ਮੇਰੇ ਆਖੇ ਕਾਹਤੋਂ ਨੀ ਲੱਗਦੀ ਇਹ, ਨਾਲੇ ਕਹਿੰਦੇ ਹੁੰਦੇ ਸੀ ਇਹ ਸੋਨੀ ਨੂੰ ਇੰਨਾ ਪਿਆਰ ਕਰਦੀ ਸੀ ਆਪਦੀ ਮਾਸੀ ਨੂੰ, ਤੇ ਹੁਣ ਫਿਰ ਇਹ ਕਿਉਂ ਨੀ ਸਮਝਦੀ ਮੈਨੂੰ ਕੁਛ। ਚੱਲ ਕੋਈ ਨਾ, ਇਹਨੂੰ ਵੀ ਆਪਦੇ ਤਰੀਕੇ ਤੇ ਚੜਾ ਹੀ ਲੈਣਾ ਮੈਂ ਕਦੇ। ਡੈਡੀ ਜੀ, ਕੀ ਗੱਲ ਇੱਦਾਂ ਪਏ ਹੋ, ਗਏ ਨੀ ਤੁਸੀਂ ਅੱਜ ਕਿਤੇ? ਕਿਤੇ ਨੀ ਗਿਆ ਮੈਂ ਤਾਂ, ਦੱਸਿਆ ਤਾਂ ਹੈਗਾ ਤੈਨੂੰ ਮੈਂ ਗੱਲ, ਮੇਰਾ ਕਿਤੇ ਜਾਣ ਨਹੀਂ ਦਿੰਦਾ। ਚੱਦਰ ਦਲੋ ਸੀ ਕਿਵੇਂ ਖੰਡਾਈ ਪਈ ਆ, ਉਹ ਪਤਾ ਨਹੀਂ ਕੀ ਹੋਈ ਜਾਂਦਾ ਜਿਹਨੂੰ ਫੜਦੇ ਨਹੀਂ ਕਿਸੇ ਪਾਸੇ। ਮੇਰੀ ਗੱਲ ਸੁਣੋ, ਮੈਂ ਦਾਦੀ ਨਾਲ ਗੱਲ ਕਰ ਰਹੀ ਆ ਤੇ ਪਰ ਦਾਦੀ ਤਾਂ ਗੱਲ ਸੁਣਦੀ ਨਹੀਂ ਪਈ, ਮੈਨੂੰ ਤਾਂ ਲੱਗਦੀ ਨਹੀਂ ਪਈ ਵੀ ਉਹ ਮੇਰੀ ਦਾਦੀ ਆ। ਮੈਨੂੰ ਆਏ ਨਹੀਂ ਲੱਗਦਾ ਜਿਵੇਂ ਮੇਰੀ ਮਾਂ ਆ ਗਈ, ਉਹ ਕੀ ਤਾਂ ਦੋ ਬਣ ਗਏ ਆ। ਮਜ਼ਾਕ ਥੋੜੀ ਪਿਆ, ਦੋ ਤੋਂ ਸਾਰੇ ਜੁੱਟੇ ਆਪਣੇ ਘਰੇ ਥੋੜੀ ਆਉਣੇ ਨੇ, ਪਤਾ ਨਹੀਂ ਹੁੰਦਾ ਕਦੇ ਬਣਾ ਕੇ ਹੋਰ ਭੇਜਤੀ ਹੋਵੇ। ਨਹੀਂ ਮੈਨੂੰ ਨਾ ਦਾਦੀ ਦਾ ਨੇਚਰ ਬਹੁਤ ਬਦਲਿਆ ਲੱਗ ਰਿਹਾ, ਮੈਂ ਬਹੁਤ ਸਮਝਾਇਆ ਦਾਦੀ ਦਾ, ਬਸ ਇੱਕ ਗੱਲ ਦੇ ਮਗਰ, ਉਹ ਜਿਵੇਂ ਛੋਟਾ ਬੱਚਾ ਜਿੱਦ ਨਹੀਂ ਕਰਨ ਲੱਗ ਜਾਂਦਾ ਵੀ ਹਾਂ ਆਹ ਗੱਲ ਐ ਨਹੀਂ ਐ, ਦਾਦੀ ਤਾਂ ਇੱਕ ਹੀ ਜਿੱਦ ਫੜੀ ਬੈਠੇ ਵੀ ਉਹ ਇੱਥੇ ਕਿਉਂ ਰਹਿ ਰਹੇ ਨੇ। ਤੇ ਜਿਹੜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ, ਜਿਹੜੀ ਮੰਮੀ ਆ ਉਹ, ਮੈਂ ਗੁੱਸਾ ਨਾ ਕਰੋ, ਮੈਂ ਮਗਰ ਨਹੀਂ ਲੱਗਦੀ ਕਿਸੇ ਦੇ, ਇੱਦਾਂ ਨਾ ਦੇਖੋ,
ਮੈਂ ਜਸਟ ਸਿਰਫ ਪੁੱਛ ਰਹੀ ਹਾਂ, ਮੇਰਾ ਫਰਜ਼ ਬਣਦਾ ਜਦ ਮੈਂ ਦੋਨੇ ਪਾਸੇ ਦੀ ਬਰਾਬਰ ਦੀ ਗੱਲ ਸੋਚਣੀ ਆ। ਆਫਟਰ ਆਲ ਮੈਂ ਵੀ MLA ਦੀ ਕੁੜੀ ਹਾਂ, ਫਿਰ ਮੈਨੂੰ ਵੀ ਦੋਨੇ ਪਾਸੇ ਦਾ ਬਰਾਬਰ ਦਾ ਸੁਣਨਾ ਪੈਣਾ। ਮੈਂ ਪੁੱਛਦੀ ਹਾਂ ਵੀ ਮੰਮੀ ਨੇ ਕਦੇ ਤੁਹਾਡੇ ਨਾਲ ਗਲਤ ਬਿਹੇਵ ਕੀਤਾ ਕਿ ਦਾਦੀ ਨਾਲ ਕਰਿਆ ਹੋਵੇ? 1% ਵੀ ਅੱਜ ਤੱਕ ਤਾਂ। ਜੇ ਭਾਈ ਹੁਣ ਐਵੇਂ ਕਹੇ ਜੇ ਤੇਰੀ ਹੁਣ ਦਾਦੀ ਬੋਲੀ ਜਾਊ ਭਾਈ, ਫਿਰ ਤਗਲੀ ਮੂਹਰੋਂ ਬੋਲੂਗੀ। ਮੈਂ ਤਾਂ ਸਿੱਧੀ ਗੱਲ ਜਾਣਦਾ ਗਾ, ਜੇ ਹੁਣ ਆਪਾਂ ਬੰਦੇ ਨੂੰ ਕਾਈ ਜਾਵਾਂਗੇ ਫਿਰ ਬੰਦਾ ਬੋਲੂਗਾ ਹੀ। ਕਿਉਂ ਬੋਲੂਗਾ ਹੁਣ? ਜੇ ਆਪਣੀ ਮਾਂ ਹੋਊਗੀ ਆ, ਹੁਣ ਤੁਸੀਂ ਹੋ, ਤੁਸੀਂ ਮੈਨੂੰ ਬੋਲੀ ਜਾਓਗੇ, ਮੈਂ ਥੋੜ੍ਹੀ ਨਾ ਬੋਲੂਗੀ ਤੁਹਾਡੇ ਮੂੰਹ। ਓਹੋ, ਤੂੰ ਨਹੀਂ ਗੱਲ ਖਾਂਜੀ ਪੁੱਤ, ਹੁਣ ਆਪਣੀ ਦਾ ਕੰਮ ਉਹਦੀ ਗੱਲ ਆ। ਜੇ ਹੁਣ ਕੰਮ ਨੂੰ 24 ਘੰਟੇ ਪੁੱਠਾ ਬੋਲੀ ਜਾਓ ਫਿਰ ਬੰਦਾ ਕਹਿਵੇ ਕੀ ਕਰੂ? ਕਿਤੇ ਨਾ ਕਿਤੇ ਤਾਂ ਬੋਲੂ। ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਕਿਸੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ। ਉਹਦੀ ਜ਼ਿੰਦਗੀ 'ਚ ਪਿੱਛੇ ਕੁਛ ਵੀ ਹੋ ਗਿਆ, ਆਪਾਂ ਕੀ ਲੈਣਾ ਦੇਣਾ ਹੈਗਾ? ਆਪਣੇ ਨਾਲ ਸਹੀ ਹੈ, ਮੈਂ ਤੱਕ ਗੱਲ ਜਾਣਦਾ। ਜਿਹਦਾ ਤੂੰ ਗੱਲ ਮੰਨਦੀ ਹੈ? ਹਾਂਜੀ, ਇਹ ਤਾਂ ਮੈਂ ਗੱਲ ਮੰਨਦੀ ਹਾਂ। ਫਿਰ ਉਹ ਸਹੀ ਹੈ, ਇਸ ਟਾਈਮ ਆਪਣੇ ਆਪ ਦੇ ਸਹੀ ਚੱਲੀ ਜਾਂਦੀ ਹੈ, ਵਧੀਆ ਉਹਦੀ ਜ਼ਿੰਦਗੀ ਵਧੀਆ ਆਪਣੀ। ਕਿਉਂ ਵਾਰ ਵਾਰ ਆਪਾਂ ਜਾਫਵਾਂ ਦੇ ਨੂਣ ਧੋਕਣੇ ਆ? ਵੈਸੇ ਹੈ ਕਿੱਥੇ ਆ ਮੰਮੀ? ਮੈਨੂੰ ਦਿਖੀ ਨਹੀਂ ਸਵੇਰ ਦੀ ਕਿਤੇ। ਤੈਨੂੰ ਹਜੇ ਤੱਕ ਮਿਲੂਗਾ ਹੀ ਨਹੀਂ? ਨਹੀਂ। ਯੂਅਰ ਕਰੈਕਟ ਔਨ ਦਾ ਬਲੇਂਜ ਔਨ ਦਾ ਹੈਡ ਯੂਅਰ ਕਰੈਕਟ ਔਨ ਦਾ ਬਲੇਂਜ ਯੂਅਰ ਕਰੈਕਟ ਔਨ ਦਾ ਬਲੇਂਜ ਔਨ ਦਾ ਹੈਡ ਔਨ ਦਾ ਨੇਮ ਹੈਡ ਔਨ ਦਾ ਨੇਮ ਹਾਂ ਯੂਅਰ ਕਰੈਕਟ ਔਨ ਦਾ ਬਲੇਂਜ ਔਨ ਦਾ ਹੈਡ ਔਨ ਦਾ ਨੇਮ। ਮੈਨੂੰ ਵੀ ਭਰਾ ਦਿੱਤਾ ਡਿਸਪੈਂਸਰੀ। ਚਲੋ ਛੱਡੋ, ਸ਼ਟਰ ਆਪਾਂ ਖੋਲਣਾ ਨਹੀਂ ਹੈ। ਚਲੋ ਮੇਰੀ ਗੱਲ ਸੁਣੋ ਮਾੜਾ ਜਿਹਾ, ਪੁੱਛੋ ਕਿੱਥੇ ਆ, ਫੋਨ ਕਰੋ ਨਾ ਮੰਮੀ ਨੂੰ। ਨਹੀਂ, ਯੂਅਰ ਕਰੈਕਟ ਔਨ ਦਾ ਬਲੇਂਜ ਔਨ ਹੈਡ ਔਨ ਦਾ ਨੇਮ ਔਨ ਦਾ ਡਿਸਪੈਂਸਰੀ ਔਨ ਹੈਡ ਔਨ ਦਾ ਨੇਮ। ਇੱਥੇ ਆਏ ਆ, ਮੈਂ ਭੁੱਲ ਜਾਣਾ। ਠੀਕ ਹੈ, ਤੁਸੀਂ ਮੰਮੀ ਨੂੰ ਫੋਨ ਕਰ ਦਿਓ, ਬੁਲਾ ਲਓ ਇੱਥੇ ਕਿੱਥੇ ਆ। ਈਦ ਦਾ ਹੀ ਚੰਦ ਹੋਈ ਪਈ ਆ, ਦਿਖ ਹੀ ਨਹੀਂ ਰਹੀ ਕਿਤੇ। ਕਿਤੇ ਦਾਦੀ ਦੀਆਂ ਗੱਲਾਂ ਸਹੀ ਤਾਂ ਨਹੀਂ ਹੋਣਗੀਆਂ? ਚੱਲ ਮੈਂ ਵੀ ਹੋਰ ਹੀ ਨਾ ਕੁਛ ਸੋਚੀ ਜਾਂਦੀ ਹਾਂ। ਲੋੜ ਹੀ ਨਹੀਂ, ਸੋਨੀ ਨੂੰ ਕਹਿ ਦੇਣਾ ਸੱਚ ਆ, ਗੇੜ ਤੇ ਖੜੀ ਆ। ਸੋਨੀ ਕੰਮ ਨੂੰ ਬੁਲਾ ਕੇ ਲਿਆ ਪੁੱਤ। ਬਸ ਮੈਂ ਕਿਉਂ ਨਹੀਂ ਆ ਜੀ? ਬੁਲਾ ਲਿਆਉਗੀ, ਮੈਂ ਤਾਂ ਕਹਿਣਾਗਾ ਤੂੰ ਮੰਮੀ ਨਾਲ ਅੱਡ ਗੱਲ ਕਰ ਲਈ। ਜੇ ਤੂੰ ਮੇਰੇ ਬੈਠੇ ਤੇ ਸਾਹਮਣੇ ਗੱਲ ਕਰੂੰਗੀ ਮੈਂ ਤਾਂ। ਸਾਹਮਣੇ ਆਪਣੇ ਘਰ ਕੀ ਹੋਊਗਾ ਕੋਈ? ਮੈਂ ਸਾਹਮਣੇ ਗੱਲ ਕਰੂੰਗੀ, ਪਤਾ ਤਾਂ ਲੱਗੇ ਤੁਸੀਂ ਮੈਨੂੰ ਕੁਛ ਕਹਿ ਦਵੋ ਉਧਰ ਉਹ ਕੁਛ। ਮੇਰਾ ਤਾਂ ਐਂ ਜੀ ਕਰਦਾ ਮੈਂ ਤਿੰਨਾਂ ਨੂੰ ਬਿਠਾ ਕੇ ਗੱਲ ਕਰਾਂ, ਵਿੱਚ ਹੀ ਦਾਦੀ, ਵਿੱਚ ਹੀ ਮੰਮੀ, ਵਿੱਚ ਹੀ ਤੁਸੀਂ, ਤਿੰਨਾਂ ਨੂੰ ਬਿਠਾ ਕੇ ਗੱਲ ਕਰਾਂ ਮੈਂ। ਉਹ ਤਿੰਨਾਂ ਨੂੰ ਤਾਂ ਕਰੇਂਗੇ ਜੇ ਤੈਨੂੰ ਗਾਲਾਂ ਕੱਢੀ ਜਾਂਦਾ ਕੋਈ ਦਿੰਦੀ ਹੈ। ਉਹ ਤਾਂ ਕੱਢੇਂਗੀ ਗਾਲਾਂ ਤਾਂ ਤੈਨੂੰ ਤਾਂ ਪਾਏਗੀ ਜੇ ਮੈਂ ਕਿਸੇ ਨੂੰ ਕੁਛ ਕਹਿੰਦਾ ਹੋਵੇ। ਤੈਨੂੰ ਪਤਾ ਤਾਂ ਹੈ ਵੀ ਮੈਂ ਬੋਲਣ ਵਾਲਿਆਂ 'ਚ ਨਹੀਂ, ਮੈਂ ਤਾਂ ਗੱਲ ਟਪਾਉਣ ਵਾਲਿਆਂ 'ਚ, ਇੰਨਾ ਤੈਨੂੰ ਪਤਾ ਹੀ ਹੈ ਮੈਂ ਕਿਸੇ ਕਦੇ ਕਿਸੇ ਨੂੰ ਕੁਛ ਬੋਲਦਾ ਨਹੀਂ। ਡੈਡੀ ਜੀ ਮੇਰੀ ਗੱਲ ਸੁਣੋ, ਤੁਸੀਂ ਆਪ ਸਮਝਦਾਰ ਹੋ, ਹੁਣ ਜੇ ਆਪਣੇ ਘਰ 'ਚ ਇਹ ਕੁਛ ਹੁੰਦਾ ਰਹੂਗਾ ਅੱਗੇ ਮੈਂ ਟੈਨਸ਼ਨ ਫਰੀ ਹੁੰਦੀ ਸੀ, ਫਿਰ ਮੈਂ ਕਿਵੇਂ ਕੰਮ ਕਰ ਪਾਊਂਗੀ? ਮੈਂ ਕਿਵੇਂ ਹੁਣ ਮੈਂ ਕੱਲ੍ਹ ਫੇਰ ਜਾਣਾ, ਮੈਂ ਕਿਵੇਂ ਜਾਊਂਗੀ ਫਿਰ? ਤੂੰ ਤਾਂ ਜਾਣੀ ਆ, ਤੂੰ ਜਾ ਕੰਮ 'ਚ, ਹੁਣ ਮੈਂ ਵੀ ਬਾਹਰ ਜਾਂਦੀ ਹਾਂ, ਜਾਣਾ ਤਾਂ ਪੈਂਦਾ ਹੀ ਆ ਨਾ, ਇਹ ਤਾਂ ਚੱਲਦਾ ਹੀ ਰਹਿੰਦਾ, ਫਿਰ ਤਾਂ ਹੋਰ ਕੀ ਆ। ਇੰਨਾ ਵਧੀਆ ਨਹੀਂ ਲੱਗਦਾ ਹੈਗਾ ਡੈਡੀ, ਜਿਹੜਾ ਕੁਛ ਹੁਣ ਹੋਣ ਲੱਗ ਗਿਆ। ਦਾਦੀ ਨੂੰ ਮੈਂ ਕਿਵੇਂ ਸਮਝਾਵਾਂ? ਚੱਲ ਇੱਕ ਵਾਰੀ ਮੰਮੀ ਨਾਲ ਵੀ ਗੱਲ ਕਰਕੇ ਦੇਖ ਲੈਂਦੀ ਹਾਂ। ਨਾ, ਇੰਨਾ ਟਾਈਮ ਹੋ ਗਿਆ ਹਾਲ ਤੱਕ ਨਹਾਤੀ ਹੋਈ ਨੀ ਮੰਮੀ? ਦੁਪਹਿਰਾ ਹੋਇਆ ਪਿਆ, ਸਵੇਰ ਦੀ ਐਵੇਂ ਕੰਮ ਕਰੀ ਜਾਂਦੀ ਆ ਬਿਨਾਂ ਨਹਾਤੇ। ਮੈਨੂੰ ਤਾਂ ਲੱਗਦਾ ਦਾਦੀ ਕਿਤੇ ਠੀਕ ਹੀ ਤਾਂ ਨੀ ਕਹਿ ਰਹੀ। ਕੀ ਹੁਣ ਤੂੰ ਵੀ ਲੱਗ ਜਾ ਦਾਦੀ ਮਗਰ? ਮੈਂ ਡੈਡੀ ਜੀ ਦੇਖੋ, ਮੈਂ ਨਾ ਸੁਣਾ ਤੁਹਾਡੀ, ਨਾ ਸੁਣਾ ਦਾਦੀ ਦੀ, ਨਾ ਸੁਣਾ ਮੰਮੀ ਦੀ। ਜਿੱਥੇ ਕੋਈ ਗਲਤ ਆ, ਚਾਹੇ ਤੁਸੀਂ ਗਲਤ ਹੋ, ਮੈਂ ਤੁਹਾਨੂੰ ਵੀ ਕਹੂੰਗੀ ਵੀ ਹਾਂ ਤੁਸੀਂ ਗਲਤ ਹੋ।
ਫਿਰ ਕਹਿ ਉਹਦੇ ਨਾਲ ਦੇ ਦਾ ਉਹ ਆਏ ਨਹੀਂ ਨਾ ਉਹ ਵੀ ਸਾਰਾ ਕੰਮ ਨਿਬੇੜਦੇ ਆ ਗਰਮੀ ਵਾਲੀ ਆ ਵੀ ਬਾਅਦ 'ਚ ਨਾ ਲਊਂਗੀ ਐਂ ਗੱਲ ਹੋਊਗੀ ਪਹਿਲਾਂ ਨਾ ਕੇ ਬੰਦਾ ਉਹ ਜਿਹਾ ਫਿਰ ਹੋ ਜਾਂਦਾ ਗਾ ਐਂ ਵੀ ਇਹ ਨਾ ਗੱਲ ਆ ਚਲੋ ਕੋਈ ਨਹੀਂ ਇੱਥੇ ਹੀ ਬੁਲਾ ਲੂੰਗੀ ਮੰਮੀ ਨੂੰ ਇੱਥੇ ਹੀ ਗੱਲ ਕਰੂੰਗੀ ਮੈਂ ਚਲ ਬੁਲਾ ਤਾਂ ਲਈ ਬੁਲਾਉਣ ਦੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਉੱਥੇ ਚੱਲ ਲੋਚ ਕੇ ਦਿਨਾਂ 'ਚ ਕਰਿਆ ਗੱਲ ਕਿਉਂ ਡੈਡੀ ਜੀ ਮੈਂ ਕਿਹਾ ਡਰਦੀ ਹਾਂ ਕਿਸੇ ਤੋਂ ਮੈਂ ਸਾਹਮਣੇ ਗੱਲ ਕਰੂੰਗੀ ਤੁਹਾਡੇ ਸਾਹਮਣੇ ਗੱਲ ਕਰੂੰਗੀ ਮੈਂ ਤੁਸੀਂ ਕਿਉਂ ਡਰ ਰਹੇ ਹੋ ਨਾ ਨਾ ਮੈਂ ਨਹੀਂ ਤਾਂ ਡਰਦਾ ਜੇ ਕੋਈ ਗੱਲ ਹੈਗੀ ਤਾਂ ਦੱਸੋ ਨਾ ਨਾ ਕੋਈ ਗੱਲ ਨਹੀਂ ਬਸ ਫਿਰ ਤੁਸੀਂ ਸਿੱਧਾ ਸਿੱਧਾ ਕਹੋ ਵੀ ਹਾਂ ਪੁੱਤ ਕੋਈ ਗੱਲ ਨਹੀਂ ਜਿਵੇਂ ਤੂੰ ਕਰ ਰਿਹਾ ਤੂੰ ਉਵੇਂ ਗੱਲ ਕਰ ਹਾਂ ਹਾਂ ਕਰ ਲਾ ਪੁੱਤ ਕਰ ਲਾ ਮੈਂ ਕਦੋਂ ਕਹਿੰਦਾ ਨਾ ਕਰ ਤੂੰ ਵੈਸੇ ਗੱਲ ਕਹਿੰਦਾ ਸੀ ਹੋਰ ਤਾਂ ਕੋਈ ਗੱਲ ਨਹੀਂ ਹੋਰ ਕਿ ਡੈਡੀ ਮੇਰੇ ਦਿਮਾਗ 'ਚ ਹੋਰ ਹੀ ਟੈਨਸ਼ਨ ਆ ਕੰਮ ਕਰਕੇ ਮੈਂ ਕੰਮ ਦੀ ਟੈਨਸ਼ਨ ਹੁੰਦੇ ਵੀ ਕਿਵੇਂ ਕਰਾਂ ਕਿਵੇਂ ਨਾ ਕਰਾਂ ਹੈ ਇੱਥੇ ਆਈ ਜੇ ਤੈਨੂੰ ਛੱਡ ਆਏ ਤਾਂ ਚੱਲਦੇ ਰਹਿਣਗੇ ਘਰਾਂ ਦੀਆਂ ਗੱਲਾਂ ਤਾਂ ਤੂੰ ਉਹਦੇ ਕੰਮਾਂ ਵੱਲ ਨਹੀਂ ਦੇਖ ਪੁੱਤਾ ਡੈਡੀ ਜੀ ਮੈਂ ਇੰਨੀ ਵੀ ਕੇਅਰਲੈਸ ਨਹੀਂ ਹੈਗੀ ਮੈਂ ਇਹ ਚੀਜ਼ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਹੈਗੀ ਕਿਉਂਕਿ ਆਪਣਾ ਪਰਿਵਾਰ ਬਹੁਤ ਵਧੀਆ ਹੱਸਦਾ ਖੇਡਦਾ ਪਰਿਵਾਰ ਆ ਤੇ ਪਹਿਲਾਂ ਵੀ ਇੱਦਾਂ ਸੀ ਮੈਂ ਚਾਹੁੰਦੀ ਹਾਂ ਅੱਗੇ ਵੀ ਇੱਦਾਂ ਹੀ ਰਹੇ ਵੀ ਕਿਸੇ ਵੀ ਕਿਸੇ ਦੇ ਵੀ ਮਨ 'ਚ ਮਨ ਮੁਤਾਬ ਨਾ ਰਹੇ ਇੱਕ ਦੂਜੇ ਦੇ ਪ੍ਰਤੀ ਪਤਾ ਨਹੀਂ ਕੀ ਕਰ ਦੇਖਦੇ ਨਾ ਨਾ ਮਨੂ ਆਉਂਦੀ ਹੈ ਨਾ ਉਹਦੀ ਮਾਂ ਆਉਂਦੀ ਹੈ ਕੋਈ ਪਤਾ ਵੀ ਨਹੀਂ ਕੀ ਮੰਮੀ ਮਨੂ ਕਿੱਥੇ ਗਈ ਕਿਉਂ ਤੈਂ ਮਨੂ ਤੋਂ ਕੀ ਲੈਣਾ ਓਹ ਮੰਮੀ ਮੈਂ ਸੋਚਦੀ ਸੀ ਉਹਦੇ ਵਾਸਤੇ ਕੁਛ ਖਾਣ ਨੂੰ ਬਣਾ ਲੈਂਦੀ ਉਹ ਖਾਣ ਜੋਗਰੀ ਆਪੇ ਹੋ ਗਈ ਜੇ ਮੈਂ ਮਰਜ਼ੀ ਬਣਾਵੇ ਖਾਵੇ ਤੇ ਮੈਂ ਉਹਦਾ ਫਿਕਰ ਨਾ ਕਰਾਂਗਾ ਕਿਉਂ ਮੰਮੀ ਮੈਂ ਨਹੀਂ ਫਿਕਰ ਕਰੂੰ ਹੋਰ ਕੌਣ ਕਰੂਗਾ ਹੁਣ ਮੁਟਿਆਰ ਹੋ ਗਈ ਕੁਛ ਖਾਵੇ ਪੀਵੇ ਨਾ ਖਾਵੇ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਮੰਮੀ ਮੁਟਿਆਰ ਤਾਂ ਹੋ ਗਈ ਮੇਰਾ ਤਾਂ ਫਿਰ ਵੀ ਫਰਜ਼ ਹੈਗਾ ਦੇਖ ਤੈਨੂੰ ਮੈਂ ਕਹਿਤਾ ਲਾਸਟ ਵਾਰੀ ਸੁਣ ਲਾ ਮੇਰੀ ਗੱਲ ਨਾ ਤਾਂ ਤੂੰ ਮੇਰੀ ਫਿਕਰ ਕਰ ਤੇ ਨਾ ਮੇਰੀ ਮਨੂ ਪੋਤੀ ਦੀ ਤੂੰ ਆਪਦੀ ਕੁੜੀ ਦਾ ਖਿਆਲ ਰੱਖਿਆ ਕਰ ਮੈਨੂੰ ਸਭ ਪਤਾ ਜਿਹੜੇ ਤੂੰ ਆਹ ਨਾਟਕ ਜੇ ਕਰੀ ਜਾਂਦੀ ਭੋਲੀ ਬਣਨ ਦੇ ਪਿੱਛੇ ਕੀ ਕਰਕੇ ਆਈ ਹੈ ਮੰਮੀ ਪਹਿਲਾਂ ਮੈਨੂੰ ਇਹ ਦੱਸੋ ਇੱਥੇ ਮੇਰੀ ਤੇਰੀ ਕਦੋਂ ਦੀ ਆ ਗਈ ਹੈਗੀ ਬਸ ਹੁਣ ਪਤਾ ਲੱਗ ਗਿਆ ਜਦੋਂ ਹੁਣ ਆਪੇ ਮੇਰੀ ਤੇਰੀ ਹੋ ਗਈ ਮੈਨੂੰ ਪਤਾ ਲੱਗ ਗਿਆ ਵੀ ਤੂੰ ਕਿਹੋ ਜਿਹੀ ਹੈ ਕਿ ਕੁਛ ਕਰਿਆ ਹੀ ਪਿੱਛੇ ਕਿਉਂ ਕਿਹੋ ਜਿਹੀ ਦਾ ਮਤਲਬ ਕੀ ਆ ਜੋ ਕਹਿਣਾ ਨਾ ਸਾਫ਼ ਸਾਫ਼ ਕਹੋ ਐਵੇਂ ਨਾ ਬੁਝਾਰਤਾਂ ਜੀਆਂ ਨਾ ਪਾਈ ਜਾਓ ਬੁਝਾਰਤਾਂ ਕੀ ਤੂੰ ਆਪਦੀ ਸੱਸ ਨੂੰ ਪਹਿਲਾਂ ਵਾਲੀ ਨੂੰ ਮਾਰ ਕੇ ਆਈ ਹੈ ਇੱਥੇ ਸੱਸ ਨੂੰ ਮੈਨੂੰ ਆਪ ਡਰ ਲੱਗਦਾ ਤੁਹਾਨੂੰ ਕਿਹਨੇ ਕਿਹਾ ਤਾ ਮੇਰੀ ਤਾਂ ਸੱਸ ਹੀ ਹੈ ਨਹੀਂ ਸੀ ਆ ਫਿਰ ਮਾਰਤੀ ਹੁਣ ਤਾਂ ਨਹੀਂ ਹੈਗੀ ਪਤਾ ਹੀ ਆ ਮੰਮੀ ਤੁਹਾਡਾ ਨਾ ਮੈਨੂੰ ਲੱਗਦਾ ਦਿਮਾਗ ਖਰਾਬ ਹੋ ਗਿਆ ਹਾਂ ਦਿਮਾਗ ਤਾਂ ਖਰਾਬ ਹੋ ਹੀ ਗਿਆ ਸਾਡਾ ਤਾਂ ਜਿਹੜਾ ਤੈਨੂੰ ਅਸੀਂ ਵਿਆਹ ਲਿਆ ਮੰਮੀ ਤੁਸੀਂ ਕਿੱਧਰ ਦੀ ਗੱਲ ਕਿੱਧਰ ਲੈ ਕੇ ਜਾ ਰਹੇ ਹੋ ਮੈਂ ਤੁਹਾਨੂੰ ਕੁਛ ਨਹੀਂ ਕਹਿ ਰਹੀ ਪਰਸੋਂ ਦੀ ਪਰਸੋਂ ਤੁਸੀਂ ਮਾਮਾ ਮੰਮੀ ਸਾਹਮਣੇ ਜਲੂਸ ਕੱਢਿਆ ਮਾਮਾ ਮੰਮੀ ਕੰਮ ਹੀ ਇਹੋ ਜਿਹਾ ਕਰਦੇ ਸੀਗੇ ਉਹਦੇ ਆਪਦੇ ਕੋਈ ਭੈਣ ਭਾਈ ਹੈ ਨਹੀਂ ਮਾਮੀ ਫੁੱਫੀ ਇੱਥੇ ਆ ਗਈ ਮੂੰਹ ਚੱਕ ਕੇ ਮਸਾ ਗਈ ਆ ਇੱਥੋਂ ਮੰਮੀ ਹਰ ਵਕਤ ਇਹ ਨਹੀਂ ਸੋਚੀਦਾ ਹੁੰਦਾ ਕਿ ਅਸੀਂ ਸਹੀ ਆਂਗੇ ਦੇਖ ਮੈਂ ਮੇਰੀ ਗੱਲ ਸੁਣਨਾ ਮੈਂ ਤਾਂ ਜਮਾ ਗਲਤ ਆ ਪਰ ਮੈਥੋਂ ਆ ਨਹੀਂ ਮੰਮੀ ਮੈਂ ਤੁਹਾਨੂੰ ਗਲਤ ਨਹੀਂ ਕਹਿ ਰਹੀ ਹੈਗੀ ਕਿ ਕਿਸੇ ਸਮੇਂ ਨਾ ਸਮਝਣਾ ਵੀ ਚਾਹੀਦਾ ਵੀ ਉਹਨਾਂ ਦੀ ਸਥਿਤੀ ਕੀ ਸੀਗੀ ਉਹ ਆਪਣੇ ਕੋਲ ਮਾਣ ਕਰਕੇ ਆਏ ਸੀ ਤੁਸੀਂ ਹਰ ਵਕਤ ਕਿਚ ਕਿਚ ਮਾੜਾ ਮੋਟਾ ਤਾਂ ਸੋਚਿਆ ਕਰੋ ਮੰਮੀ ਉਹ ਮੈਂ ਸੋਚ ਕੇ ਕਿਹਾ ਮੈਂ ਤਾਂ ਅੱਕੀ ਪਈ ਸੀ ਭਾਈ ਇੱਥੇ ਧਰਮਸ਼ਾਲਾ ਬਣਾ ਛੱਡੀ ਸੀਗੀ ਗਾਹ ਮਾਂ ਪਿਓ ਨੇ ਬਿਠਾ ਛੱਡਿਆ ਰਹਿੰਦੀ ਖੁੰਦੀ ਉਹ ਸਾਰੀ ਰਾਤ ਉਹ ਕੁੜੀ ਜੀ ਰੋਈ ਜਾਂਦੀ ਸੌਣੀ ਨਹੀਂ ਦਿੰਦੀ ਮੰਮੀ ਜੀ ਤੁਸੀਂ ਆਪ ਸਿਆਣੇ ਹੋ ਬਸ ਦੇ ਘਰਾਂ 'ਚ ਹੀ ਰੌਣਕਾਂ ਹੁੰਦੀਆਂ ਨੇ ਨਾਲੇ ਜੇ ਇਹਨਾਂ ਦਾ ਸੁਭਾਅ ਚੰਗਾ ਤਾਂ ਹੀ ਰਿਸ਼ਤੇਦਾਰ ਇੱਥੇ ਆਉਂਦੇ ਆ ਜੇ ਇਹ ਨਾ ਚਾਹੁਣ ਨਾ ਤੇ ਇੱਥੇ ਕੋਈ ਆ ਵੀ ਨਹੀਂ ਸਕਦਾ ਹੈਗਾ ਗਾ ਰੌਣਕ ਰੌਣਕ ਦੀ ਮੈਨੂੰ ਹੀ ਲੋੜ ਨਾਲੇ ਮੇਰਾ ਵਾਲਾ ਨਾ ਫਿਕਰ ਕਰ ਨਾ ਮੇਰੀ ਪੋਤੀ ਦਾ ਕਰਿਆ ਕਰ ਬਸ ਗੱਲ ਮੁੱਕੀ ਆਪਦਾ ਕੰਮ ਆਪਦੇ ਕਰ ਲਾ ਤੇ ਸਾਡਾ ਜਮਾ ਨਾ ਉਹ ਕਰ ਅਸੀਂ ਆਪੇ ਖੁਦ ਕਰਕੇ ਖਾ ਸਕਦੇ ਹਾਂ ਪੀ ਸਕਦੇ ਹਾਂ ਕੱਪੜੇ ਰੀੜੇ ਧੋ ਸਕਦੀ ਹਾਂ ਮੈਂ ਇੰਨੀ ਮਿੱਠੀ ਹੀ ਨਾ ਬਣ ਮੈਨੂੰ ਤਾਂ ਤੇਰੇ ਤੇ ਵਿਸ਼ਵਾਸ ਹੀ ਨਾ ਰਿਹਾ ਹੈਗਾ ਵੀ ਤੇਰਾ ਕੀ ਪਸਾ ਜ਼ਹਿਰ ਪਾ ਕੇ ਦੇ ਦੇ ਜਿਹੜੀ ਇੰਨੀਆਂ ਮਿੱਠੀਆਂ ਮਾਰਦੀ ਸਾਡੇ ਨਾਲ ਅੱਛਾ ਤੁਸੀਂ ਮੇਰੇ ਤੋਂ ਇੰਨਾ ਡਰਦੇ ਹੋਗੇ ਹਾਂ ਮੈਂ ਤਾਂ ਡਰਦੀ ਹਾਂ ਹੁਣ ਤੇ ਸਿੱਧੀ ਜੀ ਗੱਲ ਮੰਮੀ ਜੀ
ਇੱਕ ਗੱਲ ਮੇਰੀ ਵੀ ਲਾਸਟ ਸੁਣ ਲਓ, ਜੇ ਤੁਸੀਂ ਆਹੀ ਗੱਲਾਂ ਕਹਿੰਦੇ ਹੋ ਨਾ, ਹੁਣ ਤੁਸੀਂ ਵੀ ਤਿਆਰੀ ਕਰ ਲਓ ਫਿਰ, ਤੁਹਾਡਾ ਵੀ ਨੰਬਰ ਲੱਗਿਆ ਲੈ। ਆਹ ਦੇਖ ਆ ਗਈ ਨਾ ਉਹੀ ਗੱਲਾਂ ਤੇ ਉਤਰ ਆਈ ਜਿਹੜੀਆਂ ਪਹਿਲਾਂ ਕਰਕੇ ਆਈ ਹੈ, ਆ ਲੱਗ ਗਿਆ ਪਤਾ ਹੁਣ ਤੇਰੇ ਮੂੰਹੋਂ ਹੀ ਸੁਣ ਲਿਆ ਹੁਣ ਮੈਂ। ਉਤਰੇ ਹੀ ਮੈਂ ਬਸ, ਜਿਵੇਂ ਤੁਸੀਂ ਚੱਲੋਗੇ ਹੁਣ ਵੀ ਮੈਂ ਚੱਲੂ। ਤੁਸੀਂ ਨਾ ਮੰਮੀ ਜੀ ਕਹੇ ਤੋਂ ਠੀਕ ਨੀ ਆਉਂਦੇ ਹੈਗੇ, ਜਿੰਨੇ ਮਰਜ਼ੀ ਤੁਹਾਡੇ ਤਰਲਾ ਮਿੰਤਾ ਕਰ ਲਓ, ਤੁਹਾਨੂੰ ਜਿੰਨਾ ਮਰਜ਼ੀ ਜੀ ਕਰ ਲਓ, ਤੁਸੀਂ ਸਿਰ ਚੜ ਕੇ ਬੋਲਣਾ ਮੇਰੇ ਨਾ। ਮੈਨੂੰ ਤਾਂ ਜਮਾ ਬਈ ਮੰਮੀ ਕਰਨ ਦੀ ਕੋਈ ਲੋੜ ਨੀ ਹੈਗੀ, ਬਸ ਠੀਕ ਹੈ ਬਸ। ਮੈਨੂੰ ਬਾਜਾਂ ਜੀ ਐਵੇਂ ਨਾ ਮਾਰਿਆ ਕਰੋ। ਨਾ ਮੈਂ ਤਾਂ ਕਦੇ ਬਾਜ ਮਾਰੀ ਨੀ, ਹੁਣ ਤਾਂ ਮੈਂ ਤੈਨੂੰ ਬਾਜ ਮਾਰੀ ਸੀ। ਬਸ ਕਰੋ ਰਹਿਣ ਦੋ। ਹਾਂ ਮਾਰਦੀ ਆ ਗੱਲਾਂ, ਮੈਂ ਮਾਰੂੰਗੀ ਇਹਨੂੰ ਬਾਜਾਂ, ਮੈਨੂੰ ਤਾਂ ਲੋੜ ਨੀ ਹੈਗੀ ਬਾਜਾਂ ਦੀ। ਬਾਜਾਂ ਮਾਰੂੰ ਮੈਂ ਆਪਦੀ ਪੋਤੀ ਨੂੰ, ਮਨੂ ਨੂੰ, ਮੈਂ ਤੈਨੂੰ ਕਿਉਂ ਬਾਜਾਂ ਮਾਰੂੰਗੀ। ਬੁਲਾਈ ਜਾਣਗੇ ਜੇ ਬੇਟੇ ਬੋਲ ਬਿਠਾ ਦਿੰਦੇ ਨੇ, ਇਧਰੋਂ ਆ ਜਾਂਦੀ ਹੈ।